ਹੁਣ ਸਿੰਗਰ ਸੀ ਬਲਕਾਰ ਅਣਖੀਲਾ ਹਾਂਜੀ ਤੇ ਜਸਵਿੰਦਰ ਬਰਾੜ ਹਾਂਜੀ ਤੇ ਗੀਤਕਾਰ ਰਾਜ ਬਰਾੜ ਹੂੰ ਲਓ ਜੀ ਸਾਰਾ ਕੁਝ ਹੋ ਗਿਆ ਰਿਕਾਰਡਿੰਗ ਸ਼ੁਰੂ ਹੋਊਗੀ ਸ਼ਾਮ ਦੇ 5:00 ਵਜੇ ਹੂੰ ਜਦੋਂ 5:00 ਵਜੇ ਮੈਂ ਨਾ ਪਾਣੀ ਪੀਣ ਵਾਸਤੇ ਸਟੂਡੀਓ ਤੋਂ ਬਾਹਰ ਗਿਆ ਦਰਵਾਜ਼ਾ ਖੋਲ੍ਹਿਆ ਜਿੱਦਾਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਮੇਰੇ ਸਾਹਮਣੇ ਉੱਜਾ ਸਾਹਿਬ ਬੈਠੇ ਹਾਂ ਪੰਜਾਬੀ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਪੰਜਾਬੀ ਪੌਡਕਾਸਟ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕੀਤੀ ਆ ਪੰਜਾਬੀ ਦੇ ਬਹੁਤ ਹੀ ਵਧੀਆ ਸੰਗੀਤਕਾਰ ਤੇਜਵੰਤ ਕਿੱਟੂ ਹੁਣਾ ਦੇ ਨਾਲ ਤੇਜਵੰਤ ਕਿੱਟੂ ਹੁਣਾ ਨੇ ਬੜੇ ਲੰਬੇ ਅਰਸੇ ਤੋਂ ਪੰਜਾਬੀ ਸੰਗੀਤ ਜਗਤ ਵਿੱਚ ਕੰਮ ਕੀਤਾ ਉਹਨਾਂ ਨੇ ਬਹੁਤ ਹੀ ਵਧੀਆ ਵਧੀਆ ਗੀਤ ਹੀ ਨਹੀਂ ਬਣਾਏ ਸਗੋਂ ਉਹਨਾਂ ਨੇ ਸਿਖਾ ਕੇ ਬਹੁਤ ਹੀ ਵਧੀਆ ਵਧੀਆ ਆਰਟਿਸਟ ਵੀ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਨੇ ਤੇ ਉਹਨਾਂ ਦੀਆਂ ਗੱਲਾਂ ਬੜੀਆਂ ਰੌਚਕ ਨੇ ਤੇ ਇਹ ਤੁਸੀਂ ਪੋਡਕਾਸਟ ਨੂੰ ਸੁਣੋ ਜੇ ਪਸੰਦ ਆਵੇ ਤਾਂ ਕਿਸੇ ਨਾ ਕਿਸੇ ਦੇ ਨਾਲ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ ਸਸੀਗਾਲ ਭਾਜੀ ਹੋਰ ਕਿਦਾਂ ਠੀਕ ਠਾਕ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਚੜ੍ਹਦੀ ਕਲਾ ਤੁਸੀਂ ਸੁਣਾਓ ਕਿਦਾਂ ਬਹੁਤ ਵਧੀਆ ਜੀ ਚੜ੍ਹਦੀ ਕਲਾ ਇੱਕਦਮ ਸ਼ੁਕਰ ਹੈ ਮਹਾਰਾਜ ਦਾ ਚਲੋ ਬਹੁਤ ਵਧੀਆ ਬਹੁਤ ਵਧੀਆ ਮਹਾਰਾਜ ਮੈਂ ਸੋਚਦਾ ਸੀ ਕਿ ਜਦੋਂ ਤੁਸੀਂ 90s ਦੇ ਵਿੱਚ ਸ਼ੁਰੂ ਕੀਤਾ 뮤ਜ਼ਿਕ ਕਰਨਾ ਜੀ 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 ਉਸ ਵੇਲੇ ਬਹੁਤਾਂ 뮤ਜ਼ਿਕ ਬੰਬੇ ਦਿੱਲੀ ਹੁੰਦਾ ਸੀ ਤੇ ਬਰਿੰਦਰ ਵਚਨ ਹੁਣੀ ਸਰਿੰਦਰ ਵਚਨ ਹੁਣੀ ਅਤਲ ਸ਼ਰਮਾ ਜੀ ਬਸ ਇੰਨਾ ਕਿ ਪੰਜਾਬ ਵਿੱਚ ਕੰਮ ਥੋੜਾ ਸੀ ਦਿੱਲੀ ਤੇ ਬੰਬੇ ਦੇ ਮੁਕਾਬਲੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਉਹ ਜਦੋਂ ਸੀਨ ਬਦਲਿਆ ਤੇ ਤੁਸੀਂ ਉੱਥੇ ਸੀਗੇ ਬਿਲਕੁਲ ਰਾਈਟ ਉਸ ਮੋੜ ਦੇ ਉੱਤੇ ਉਹ ਉਸ ਸਮੇਂ ਬਾਰੇ ਥੋੜਾ ਜਿਹਾ ਦੱਸੋ ਕਿਦਾਂ ਦਾ ਸਮਾਂ ਹੁੰਦਾ ਸੀ ਉਹ ਛੋਟੀ ਜੀ ਗੱਲ ਸਾਂਝੀ ਕਰਦਾ ਹੂੰ ਕਿ ਮੈਨੂੰ ਸ਼ੌਕ ਬਹੁਤ ਸੀ 뮤ਜ਼ਿਕ ਦਾ ਮਤਲਬ ਇਹ ਸਮਝ ਲਓ ਕਿ ਇੰਨੇ ਕ ਫੈਨ ਸੀਗੇ ਕਿਉਂਕਿ ਉਸ ਟਾਈਮ ਤੇ ਜਦੋਂ ਕੈਸਟ ਦਾ ਕਲਚਰ ਕੈਸਟ ਦਾ ਦੌਰ ਸੀਗਾ ਜਦੋਂ ਅਸੀਂ ਗਾਣੇ ਸੁਣਨੇ ਹਾਂ ਮੇਰਾ ਮਤਲਬ ਇਹ ਇਦਾਂ ਦਾ ਹੁੰਦਾ ਸੀਗਾ ਕਿ ਮੈਂ ਕੈਸਟ ਦਾ ਰੈਪਰ ਦੇਖਣਾ ਤੇ ਸਭ ਤੋਂ ਪਹਿਲਾਂ ਪਿੱਛੇ ਦੇਖਦਾ ਹੁੰਦਾ ਸੀਗਾ ਵੀ 뮤ਜ਼ਿਕ ਕੀ ਦਾ ਜਦੋਂ ਮੈਂ ਦੇਖਣਾ ਨਾ ਚਰਨਜੀਤ ਹੂਜਾ ਹਾਂਜੀ ਅਸੀਂ ਇਹ ਤਾਂ ਕਾ ਉਹ ਮੈਂ ਕੈਸਟ ਲਿਆ ਨਹੀਂ ਹਾਂਜੀ ਹਾਂਜੀ ਉਹ ਨਾ ਉਹ ਇੱਕ ਸ਼ੌਕ ਬਹੁਤ ਜ਼ਿਆਦਾ ਸੀਗਾ 뮤ਜ਼ਿਕ ਦਾ ਘਰ ਵੀ ਹਾਂਜੀ ਕਈ ਵਾਰੀ ਮੰਮੀ ਨੇ ਕਿਹਾ ਖਾਣਾ ਖਾਲਾ ਚਲ ਤੂੰ ਲੈ ਆ ਥਾਲੀ ਚੱਕ ਆਪਣੀ ਉਹ ਮੈਂ ਥਾਲੀ ਨਾ ਲਾ ਕੇ ਜਿਵੇਂ ਡਫਲੀ ਵਜਾਉਂਦੇ ਆ ਡਫਲੀ ਵਜਾਈ ਜਾਣੀ ਹਾਂਜੀ ਪਿੱਛੋਂ ਸਾਡੇ ਸਾਰੇ ਫਾਦਰ ਸਾਹਿਬ ਨੇ ਪਿੱਛੋਂ ਨਾ ਸਿਰ ਤੇ ਮਾਰ ਕੇ ਕਹਿਣਾ ਪਹਿਲਾਂ ਰੋਟੀ ਦਾ ਖਾਲਾ ਬਾਅਦ ਚ ਗਾਲੀ ਜਿਹੜਾ ਕੰਮ ਕਰਨਾ ਤੂੰ ਹਾਂਜੀ ਸੋੜਾ ਸੇਲਿਕ ਸਬੱਬ ਬਣਿਆ ਜੀ ਮੈਂ ਮੇਰੇ ਫਾਦਰ ਸਾਹਿਬ ਐਕਚੁਅਲੀ ਚਾਹੁੰਦੇ ਸੀ ਕਿ ਮੈਂ ਇੰਜੀਨੀਅਰ ਬਣਾ ਹਾਂ ਤੇ ਪਰ ਮੇਰਾ ਇੰਜੀਨੀਅਰਿੰਗ ਚ ਕੋਈ ਇੰਟਰਸਟ ਨਹੀਂ ਸੀ ਹਾਂਜੀ ਤੇ ਹੋਇਆ ਕਿ ਮੈਂ ਜੀ ਨਾਨ ਮੈਡੀਕਲ ਛੱਡ ਕੇ ਮੈਂ ਆਰਟਸ ਲੈ ਲਿਆ ਵਿਦ 뮤직 ਹਾਂ ਤੇ ਉਹਨਾਂ ਨੂੰ 6 ਮਹੀਨੇ ਬਾਅਦ ਪਤਾ ਲੱਗਿਆ ਕਿ ਇਹਨੇ ਸਬਜੈਕਟ ਚੇਂਜ ਕਰ ਲਏ ਗੁੱਸੇ ਦਾ ਬਹੁਤ ਹੋਇਆ ਤੁਸੀਂ ਪੜ੍ਹਦੇ ਕਿੱਥੇ ਸੀ ਮੈਂ ਜੀ ਗ੍ਰੈਜੂਏਸ਼ਨ ਕੀਤੀ ਹੈ گورਨਮੈਂਟ ਕਾਲਜ ਮਲੇਰਕੋਟਲਾ ਤੋਂ ਅੱਛਾ ਜੀ ਹਾਂ ਤੇ ਸਾਡਾ ਮੈਂ ਤੁਹਾਨੂੰ ਦੱਸਾਂਗੀ ਮੇਰਾ ਜਿਹੜਾ ਸਕੂਲਿੰਗ ਹੋਈ ਹੈ ਔਰ ਮੇਰਾ ਜਨਮ ਹੋਇਆ ਉਹ ਹਾਂ ਜੀ ਇਸ ਟਾਈਮ ਇਸ ਟਾਈਮ ਡਿਸਟ੍ਰਿਕਟ ਮਲੇਰਕੋਟਲਾ ਪਹਿਲਾਂ ਡਿਸਟ੍ਰਿਕਟ ਸੰਗਰੂਰ ਹੁੰਦਾ ਸੀ ਉਹਦਾ ਇੱਕ ਛੋਟਾ ਜਿਹਾ ਕਸਬਾ ਹੈਗਾ ਮੰਡੀ ਅਹਿਮਦਗੜ੍ਹ ਬਿਲਕੁਲ ਜੀ ਉਹ ਬੜੀ ਬੜੀ ਵੱਡੀ ਅਨਾਜ ਮੰਡੀ ਹੈ ਜੀ ਉਹਦੇ ਕਰਕੇ ਉਹਨੂੰ ਮੰਡੀ ਕਿਹਾ ਜਾਂਦਾ ਹੂੰ ਉਹ ਅਮਰਗੜ ਦੇ ਵਿੱਚ ਮੇਰਾ ਜਨਮ ਹੋਇਆ ਸਕੂਲਿੰਗ ਮੇਰੀ ਉੱਥੇ ਹੀ ਹੋਈ ਸਾਡੇ ਉੱਥੇ ਇੱਕ ਗਾਂਧੀ ਸਕੂਲ ਹੈ ਜੀ ਹਾਂਜੀ ਉਹ ਸਕੂਲ ਦੇ ਵਿੱਚ ਸਾਡੀ ਮੇਰੀ ਸਕੂਲਿੰਗ ਹੋਈ ਉਸ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਗਵਰਨਮੈਂਟ ਕਾਲਜ ਮਲੇਰਕੋਟਲਾ ਹਾਂ ਤੇ ਉਸ ਤੋਂ ਬਾਅਦ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਮੈਂ ਏਪੀਜੀ ਕਾਲਜ ਆਫ ਫਾਈਨ ਆਰਟਸ ਜਲੰਧਰ ਤੋਂ ਵਾਹ ਜੀ ਵਾਹ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਮੈਂ ਆਪਣੀ ਡਿਗਰੀ ਕਰਕੇ ਵਾਪਸ ਆਇਆ ਤੇ ਮੇਰੇ ਫਾਦਰ ਸਾਹਿਬ ਮੈਨੂੰ ਗੁੱਸੇ ਹੋਣ ਲੱਗੇ ਕਿ ਹੁਣ ਦੱਸ ਕੀ ਕਰੇਗਾ ਤੂੰ ਬੇਲਾ ਫਿਰੇਗਾ ਹੁਣ ਤੈਨੂੰ ਨੌਕਰੀ ਵੀ ਨਹੀਂ ਮਿਲਨੀ ਉਹ ਜਿੱਦਾਂ ਹੁੰਦਾ ਹੀ ਆ ਉਹਨਾਂ ਦੇ ਦਿਮਾਗ 'ਚ ਹਾਂਜੀ ਹਾਂਜੀ ਸੌਰੀ ਸਮਾਂ ਹੀ ਇਦਾਂ ਦਾ ਸੀਗਾ ਹਾਂ ਨਹੀਂ ਉਹ ਗਲਤ ਉਹ ਵੀ ਨਹੀਂ ਸੀਗੇ ਉਹਨਾਂ ਨੇ ਕਦੇ ਦੇਖਿਆ ਨਹੀਂ ਸੀਗਾ ਇਦਾਂ ਕਿਸੇ ਨੂੰ ਇੰਨੀ ਡਿਗਰੀ ਕਰਕੇ ਕੁਝ ਕਰਦੇ ਹਾਂਜੀ ਬਿਲਕੁਲ ਦੂਸਰੀ ਗੱਲ ਕਿ ਸਾਡੇ ਕਸਬੇ ਦੇ ਵਿੱਚ ਸਾਡੇ ਟਾਊਨ ਦੇ ਵਿੱਚ ਕੋਈ ਹੈਬ ਵੀ ਨਹੀਂ ਸੀ ਇਸ ਪਾਸੇ ਨੂੰ ਤੇ ਯਾਂ ਕੋਈ ਹੁੰਦਾ ਨਾ ਕੋਈ ਸ਼ਹਿਰ ਦਾ ਕੋਈ ਬੰਦਾ ਇਸ ਲਾਈਨ ਦੇ ਵਿੱਚ ਨਿਕਲਿਆ ਹੋਵੇ ਕਾਮਯਾਬ ਹੋਇਆ ਹੋਵੇ ਤਾਂ ਫਿਰ ਥੋੜਾ ਜਿਹਾ ਉਦਾਹਰਨ ਵੀ ਦੇ ਸਕਦੇ ਉੱਥੇ ਤਾਂ ਕੋਈ ਹੈ ਹੀ ਨਹੀਂ ਸੀ ਹਾਂ ਤੇ ਫਿਰ ਜੀ ਕੀ ਕੀਤਾ ਮੈਂ ਰੋਜ਼ ਜਦੋਂ ਉਹਨਾਂ ਦੀਆਂ ਗੱਲਾਂ ਸੁਣਨੀ ਮੈਂ ਰੋਜ਼ ਅਖਬਾਰ ਚੱਕ ਕੇ ਨਾ ਪੜ੍ਹਨੇ ਸ਼ੁਰੂ ਕਰ ਦੇਣੇ ਵੀ ਨੌਕਰੀ ਕਿੱਥੇ ਨਿਕਲਦੀ ਹੈ ਤੇ ਮੈਂ ਜੀ ਇੱਕ ਕਹਿ ਲਓ ਕਿਸਮਤ ਨੇ ਮੋੜ ਲਿਆ ਹਾਂ ਤੇ ਲੁਧਿਆਣੇ ਦਾ ਬੜਾ ਇੱਕ ਰਿਪਿਊਟਡ ਸਕੂਲ ਹੈ ਲੁਧਿਆਣੇ ਦਾ ਕੁੰਦਨ ਵਿਦਿਆ ਮੰਦਿਰ ਹਾਂ ਜੀ ਮੈਂ ਉੱਥੇ ਅਪਲਾਈ ਕੀਤਾ ਜੀ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਮੇਰੀ ਉੱਥੇ ਐਜ਼ ਅ 뮤ਜ਼ਿਕ ਟੀਚਰ ਪੋਸਟਿੰਗ ਹੋ ਗਈ ਅੱਛਾ ਜੀ ਵਾਹ ਹਾਂ ਤੇ ਉਹ ਉੱਥੇ ਪੂਰਾ ਡਿਪਾਰਟਮੈਂਟ ਸੀ ਜੀ 뮤ਜ਼ਿਕ ਦਾ ਤੇ ਮਤਲਬ 8-9 ਟੀਚਰ ਸੀਗੇ ਤੇ ਮੈਂ ਉਸ ਟਾਈਮ ਤੇ ਹੈੱਡ ਆਫ ਦਾ ਡਿਪਾਰਟਮੈਂਟ ਸੀ ਹੂੰ ਤੇ ਉੱਪਰ ਅੰਦਰ ਤਾਂ ਫਿਰ ਉਹੀ ਜਿਹੜੀ ਆ ਅੱਗ ਬਲਦੀ ਸੀਗੀ ਹਾਂਜੀ ਹਾਂਜੀ 뮤ਜ਼ਿਕ ਦਾ ਕਿਉਂਕਿ ਜਿਹੜਾ ਤੁਸੀਂ ਇੱਕ ਦਿਮਾਗ 'ਚ ਤੁਹਾਡੇ ਚੱਲ ਰਿਹਾ ਹੁੰਦਾ ਨਾ ਹਾਂ ਜੀ ਤੇ ਆ ਮੈਂ ਸੋਚਿਆ ਨਹੀਂ ਸੀ ਕਿ ਮੈਂ 뮤직 ਡਾਇਰੈਕਟਰ ਬੰਨਾ ਪਰ ਇਹ ਆ ਵੀ ਅੰਦਰ ਅੰਦਰ ਉਹ ਚੀਜ਼ ਆਪਣੇ ਆਪ ਵਾਲੇ ਲੈਂਦੀ ਸੀ ਲੈਂਦੀ ਸੀ ਇੱਥੇ ਲੁਧਿਆਣਾ ਇੱਕ ਸਟੂਡੀਓ ਹੈ ਜੀ ਇੰਦਰ ਲੋਕ ਸਟੂਡੀਓ ਪੰਜਾਬ ਦਾ ਸਭ ਤੋਂ ਪੁਰਾਣਾ ਸਟੂਡੀਓ ਹੈ ਬਿਲਕੁਲ ਜੀ ਤੇ ਆਈ ਥਿੰਕ 1981 ਚ ਓਪਨ ਹੋਇਆ ਸੀ ਉਹ ਸਟੂਡੀਓ ਹਮ ਤੇ ਉੱਥੇ ਮੇਰਾ ਜਾਣਾ ਆਣਾ ਸ਼ੁਰੂ ਹੋ ਗਿਆ ਜੀ ਹਮ ਤੇ ਉਹ ਮਾਹੌਲ ਬੜਾ ਵਧੀਆ ਲੱਗਿਆ ਜੀ ਹਾਂ ਜੀ ਤੇ ਹੁਣ ਕਿਸਮਤ ਨੇ ਪਲਟੀ ਕੀ ਖਾਦੀ ਕਿਸਮਤ ਨੇ ਹਾਂ ਜੀ ਕਿ ਇੱਕ ਦਿਨ ਉਹ ਸਟੂਡੀਓ ਦੇ ਜਿਹੜੇ ਓਨਰ ਨੇ ਹਾਂ ਜੀ ਉਹ ਮੇਰੇ ਕੋਲ ਸਕੂਲ ਚ ਆਏ ਹਾਂ ਸਕੂਲ ਚ ਆਏ ਤੇ ਰਿਸੈਪਸ਼ਨ ਤੇ ਕਹਿੰਦੇ ਜੀ ਤੁਹਾਨੂੰ ਕੋਈ ਮਿਲਣ ਆਇਆ ਹਾਂ ਮੈਂ ਆਇਆ ਜੀ ਹਾਂ ਆਇਆ ਮੈਂ ਉੱਥੇ ਰਿਸੈਪਸ਼ਨ ਤੇ ਤੇ ਉਹ ਕਹਿੰਦੇ ਵੀ ਗੱਲ ਇਦਾਂ ਇੱਕ ਰਿਕਾਰਡਿੰਗ ਆਈ ਹੈ ਪਰ ਪ੍ਰੋਬਲਮ ਇਹ ਹੈ ਵੀ ਜਿਹੜੀ ਜਿਹੜਾ ਆਪਣਾ 뮤직 ਡਾਇਰੈਕਟਰ ਆ ਕਹਿੰਦੇ ਉਹ ਬਿਨਾਂ ਦਸੀ ਦਿੱਲੀ ਚਲਾ ਗਿਆ ਹੂੰ ਤੇ ਤੂੰ ਰਿਕਾਰਡਿੰਗ ਕਰ ਦੇਗਾ ਹੂੰ ਮੈਂ ਕਿਹਾ ਹਾਂਜੀ ਬਾਜੀ ਕੋਈ ਗੱਲ ਨਹੀਂ ਕਰ ਦੂੰਗਾ ਹਾਂ ਕਹਿੰਦੇ ਚੱਲ ਫਿਰ ਮੈਂ ਚੱਲ ਫਿਰ ਮੈਂ ਕਿਹਾ ਜੀ ਇਦਾਂ ਨਹੀਂ ਜਾ ਸਕਦਾ ਮੈਂ ਸਕੂਲ ਚਾ ਹੁਣ ਕਹਿੰਦੇ ਤੂੰ ਯਾਰ ਪਤਾ ਕਰ ਜੇ ਛੁੱਟੀ ਮਿਲਦੀ ਹੈ ਤੂੰ ਸਾਡੇ ਨਾਲ ਚੱਲ ਹਾਂਜੀ ਉਹ ਮੈਂ ਜੀ ਜਿਹੜੇ ਸਾਡੇ ਹੈੱਡ ਸੀਗੇ ਮੇਰੇ ਹਜੇ ਵੀ ਯਾਦ ਆ ਮਿਸਿਸ ਨਹਿਰਾ ਸਾਡੇ ਹੈੱਡ ਸੀਗੇ ਹਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਮੈਡਮ ਗੱਲ ਇਦਾਂ ਵੀ ਓਪਰਚ्युनिटी ਮੇਰੇ ਦਰਵਾਜ਼ੇ ਤੱਕ ਚੱਲ ਕੇ ਆਈ ਹੈ ਹਾਂਜੀ ਜੇ ਤੁਸੀਂ ਮੈਂ ਕਹੇ ਜੇ ਤੁਸੀਂ ਥੋੜਾ ਜਿਹਾ ਮੈਨੂੰ ਸਮਝੋ ਔਰ ਮੇਰੀ ਸਿਚੁਏਸ਼ਨ ਜਾਂ ਮੇਰੀ ਮੇਰੀ ਇਸ ਟਾਈਮ ਜੋ ਮੈਂ ਸੋਚ ਰਿਹਾ ਹਾਂ ਉਹਨੂੰ ਸਮਝੋ ਪਲੀਜ਼ ਮੈਮ ਮੈਨੂੰ ਛੁੱਟੀ ਦੇ ਦਿਓ ਮੈਨੂੰ ਜਾਣ ਦਿਓ ਪਤਾ ਨਹੀਂ ਮੈਂ ਕਹੇ ਕਿਸਮਤ ਕਿੱਧਰ ਨੂੰ ਪਲਟੀ ਖਾ ਜਵੇ ਬਿਲਕੁਲ ਬਿਲਕੁਲ ਉਹ ਮੈਡਮ ਇੰਨੇ ਚੰਗੇ ਸੀ ਉਹ ਕਹਿੰਦੇ ਜਾਓ ਆਪ ਜਾਓ ਕਹਤੇ ਮੈਂ ਸਮਝ ਸਕਤੀ ਹਾਂ ਆਪ ਜਾਓ ਲਓ ਜੀ ਉਹਨਾਂ ਨੇ ਛੁੱਟੀ ਸੈਂਕਸ਼ਨ ਕੀਤੀ ਮੈਂ ਜਦੋਂ ਸਟੂਡੀਓ ਪਹੁੰਚਿਆ ਹੂੰ ਤੇ ਉੱਥੇ ਦੇਖ ਕੇ ਮੈਂ ਹੈਰਾਨ ਰਿਕਾਰਡਿੰਗ ਸੀ ਜੀ ਨਰਿੰਦਰ ਬੀਬਾ ਜੀ ਦੀ ਅੱਛਾ ਵਾਹ ਜੀ ਤੇ ਮੇਰੇ ਤਾਂ ਇੱਕਦਮ ਹੋਸ਼ ਉੱਡ ਗਏ ਵੀ ਹੈ ਜੀ ਹਾਂ ਕਿਉਂਕਿ ਉਹ ਬਹੁਤ ਵੱਡਾ ਨਾਂ ਬਹੁਤ ਵੱਡੇ ਜਿਨ੍ਹਾਂ ਨੂੰ ਤੁਸੀਂ ਤੁਸੀਂ ਰਿਕਾਰਡਸ ਦੇ ਵਿੱਚ ਕੈਸਟਾਂ ਦੇ ਵਿੱਚ ਹੀ ਸੁਣਿਆ ਜਦੋਂ ਤੁਸੀਂ ਇੱਕਦਮ ਸਾਹਮਣੇ ਦੇਖਦੇ ਉਹਨਾਂ ਨੂੰ ਹਾਂਜੀ ਤੇ ਇੱਕਦਮ ਦਿਲ ਦੀਆਂ ਧੜਕਣਾ ਵਧੀਆਂ ਹਾਂ ਤੇ ਉਹ ਉਹਨਾਂ ਦੀ ਇੱਕ ਧਾਰਮਿਕ ਐਲਬਮ ਸੀ ਜੀ ਉਹਦਾ ਟਾਈਟਲ ਸੀਗਾ ਕਾਸ਼ੀ ਵਿੱਚ ਰਵਿਦਾਸ ਆਏ ਹਾਂਜੀ ਬਸ ਇਹ ਉਹ ਰਿਕਾਰਡਿੰਗ ਪਹਿਲੀ ਰਿਕਾਰਡਿੰਗ ਉਹ ਕੀਤੀ ਜਦੋਂ ਰਿਕਾਰਡਿੰਗ ਕਰਨ ਤੋਂ ਬਾਅਦ ਸ਼ਾਮ ਨੂੰ ਫ੍ਰੀ ਹੋਏ ਹੂੰ ਤੇ ਉਹਨਾਂ ਨੇ ਮੈਨੂੰ ਕਲਾਵੇ ਚ ਲੈ ਲਿਆ ਮੈਨੂੰ ਕਹਿੰਦੇ ਬਈ ਮੁੰਡਿਆ ਮਜ਼ਾ ਆ ਗਿਆ ਕੰਮ ਕਰਕੇ ਕਹਿੰਦੇ ਬਹੁਤ ਵਧੀਆ ਮੇਰੀ ਰੂਹ ਖੁਸ਼ ਹੋ ਗਈ ਹਾਂਜੀ ਯਾਨੀ ਤੁਸੀਂ ਮੈਂ ਡਰਦਾ ਸੀਗਾ ਵੀ ਪਤਾ ਨਹੀਂ ਇਹਨਾਂ ਨੂੰ ਕਿੱਦਾਂ ਦਾ ਲੱਗਿਆ ਹੋ ਕਿੱਦਾਂ ਦਾ ਨਹੀਂ ਪਰ ਉਸ ਉਹਨਾਂ ਦੇ ਉਸ ਆਸ਼ੀਰਵਾਦ ਨੇ ਮੈਨੂੰ ਬੜਾ ਹੌਸਲਾ ਦਿੱਤਾ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਦੇ ਅਸੀਂ ਵੀ ਜੀ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਇੰਡੀਆ 'ਚ ਕਾਹਦੀ ਸੀਗੇ ਇੰਡੀਆ ਜਿਹੜੀ ਸਭ ਤੋਂ ਪਹਿਲਾਂ ਰਿਕਾਰਡਿੰਗ ਦੇਖੀ ਆ ਮਨਮੋਹਣ ਹੋਣਾ ਨੇ ਹਾਂਜੀ ਸਟੂਡੀਓ ਚ ਹੁੰਦੀ ਉਹ ਵੀ ਇੰਦਰ ਲੋਕ ਹੀ ਦੇਖੀ ਆ ਜੀ ਅੱਛਾ ਜੀ ਵਾ ਵਾ ਤੇ ਉਹ ਉਹ ਦੇਖੀ ਆ ਜੀ ਆਪਣੇ ਭਾਈ ਹਰਜਿੰਦਰ ਸਿੰਘ ਜੀ ਹੁਣਾਂ ਦਾ ਬਾਟਾਂ ਲੰਬੀਆਂ ਤੇ ਰਸਤਾ ਬਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੇ ਉਹ ਮੈਨੂੰ ਉਹਨਾਂ ਨੇ ਸਾਨੂੰ ਮੈਨੂੰ ਤੇ ਕਮਲ ਨੂੰ ਅਸੀਂ ਛੋਟੇ ਸੀ ਸਾਨੂੰ ਆ ਕੇ ਦੱਸਿਆ ਐਦਾਂ ਹੁੰਦੀ ਆ ਐਦਾਂ ਹੁੰਦੀ ਫਿਰ ਐਦਾਂ ਹੋਇਆ ਫਿਰ ਐਦਾਂ ਹੋਇਆ ਤੇ ਉਹ ਸਾਡੇ ਨਾਲ ਵੀ ਇੰਦਰ ਲੋਕ ਦੀਆਂ ਬਹੁਤ ਜ਼ਿਆਦਾ ਕਿਉਂਕਿ ਪੰਬਰਾ ਸਾਹਿਬ ਇੱਥੇ ਹੁੰਦੇ ਸੀ ਗੁਰੂ ਜੀ ਲੁਧਿਆਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ ਉਹਨਾਂ ਨਾਲ ਵੀ ਕੰਮ ਕਰਨ ਦਾ ਸੁਭਬ ਸੁਭਾਗ ਪ੍ਰਾਪਤ ਹੋਇਆ ਜੀ ਪੌਰਾ ਸਾਹਿਬ ਕੁਝ ਜਿਹੜੇ ਉਹਨਾਂ ਦੇ ਸ਼ਾਗਿਰਦ ਹੁੰਦੇ ਸੀਗੇ ਹੂੰ ਉਹਨਾਂ ਨੂੰ ਲੈ ਆਉਂਦੇ ਸੀ ਇੰਦਰ ਲੋਕ ਸਟੂਡੀਓ ਕਿਉਂਕਿ ਜਿਹੜੇ ਇੰਦਰ ਲੋਕ ਸਟੂਡੀਓ ਦੇ ਓਨਰ ਸੀ ਉਹਨਾਂ ਨਾਲ ਪੌਰਾ ਜੀ ਦਾ ਬਹੁਤ ਪਿਆਰ ਸੀ ਹਾਂਜੀ ਤੇ ਉਹ ਫਿਰ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਤੂੰ ਕਰ ਵੀ ਮੇਰਾ ਮੇਰੇ ਨਾਲ ਕੰਮ ਕਰ ਚੱਲ ਤੂੰ ਮੇਰਾ ਅਰੇਂਜ ਕਰ ਮਿਊਜ਼ਿਕ ਹਾਂਜੀ ਫਿਰ ਉਹ ਸਾਰਾ ਕਰਦਾ ਹੁੰਦਾ ਸੀ ਉਹਨਾਂ ਦਾ ਬਹੁਤ ਕੁਝ ਕਾਲੋ ਸਿੱਖਨ ਨੂੰ ਵੀ ਮਿਲਿਆ ਰਿਕਾਰਡਿੰਗ ਦੌਰਾਨ ਹਾਂ ਜੀ ਹਾਂ ਜੀ ਉਹਨਾਂ ਦੇ ਨਾਲ ਵੀ ਕੰਮ ਕੀਤਾ ਕਾਫੀ ਇੰਦਰਲੋਕ ਸਟੂਡੀਓ ਹਾਂ ਪਰ ਜਿਹੜੀ ਹੁਣ ਤੁਸੀਂ ਅਕੈਡਮੀ ਚਲਾਉਂਦੇ ਆ ਬਹੁਤ ਕਾਮਯਾਬ ਅਕੈਡਮੀ ਤੁਸੀਂ ਚਲਾ ਰਹੇ ਹੋ ਲੁਧਿਆਣੇ ਚ ਜੀ ਤੇ ਇਹਦੀਆਂ ਵੀ ਜੜ੍ਹਾਂ ਪਤਾ ਲੱਗ ਗਿਆ ਕਿ ਕਿਉਂਕਿ ਤੁਹਾਡੀ ਸ਼ੁਰੂਆਤ ਹੀ ਟੀਚਿੰਗ ਤੋਂ ਹੋਈ ਆ ਤੇ ਤੁਹਾਡਾ ਜਿਹੜਾ ਇਧਰ ਨੂੰ ਵੀ ਰੁਚੀ ਹੋਈ ਆ ਪਰ ਇਹਦੇ ਵਿੱਚ ਦੱਸਿਓ ਤਾਂ ਵੀ ਕਿੰਨਾ ਇੱਕ ਜਿਹੜਾ ਬੰਦੇ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਸਟੂਡੈਂਟ ਕੋਈ ਤੁਹਾਤੋਂ ਸਿੱਖ ਕੇ ਜਦੋਂ ਸਮਝੇ ਜਾਣ ਲੱਗ ਪਵੇ ਕਿਸੇ ਨੂੰ ਬੰਦੇ ਨੂੰ ਬੜੀਆਂ ਆਸਾਂ ਹੁੰਦੀਆਂ ਬਿਲਕੁਲ ਬਿਲਕੁਲ ਤੇ ਉਹ ਫੀਲਿੰਗ ਦੱਸਿਓ ਕਿਦਾਂ ਦੀ ਆ ਜੇ ਕੋਈ ਵਧੀਆ ਸਟੂਡੈਂਟ ਮਿਲੇ ਤਾਂ ਬੰਦੇ ਨੂੰ ਦੇਖੋ ਭਾਜੀ ਇਸ ਤਰ੍ਹਾਂ ਕਿ ਮੈਨੂੰ ਨਾ ਇੱਕ ਵਾਰੀ ਟੀਵੀ ਦਾ ਪ੍ਰੋਗਰਾਮ ਸੀਗਾ ਵਾਇਸ ਆਫ ਪੰਜਾਬ ਉਹਦੇ ਚ ਹਾਂਜੀ ਉਹਦੇ ਚ ਇੱਕ ਸਟੂਡੈਂਟ ਨੇ ਗਾਇਆ ਸਾਰੀ ਜਿੰਨੇ ਉੱਥੇ ਸੀਗੇ ਫਲੋਰ ਤੇ ਸਭ ਖੜੇ ਹੋ ਕੇ ਤਾਲੀਆਂ ਬਜਾ ਰਹੇ ਸੀ ਹਾਂ ਤੇ ਮੈਨੂੰ ਖੰਕਰ ਹੁੰਦੇ ਸੀ ਆਪਣੇ ਗੁਰਜੀਤ ਸਿੰਘ ਗੁਰਜੀਤ ਸਿੰਘ ਨੇ ਸਵਾਲ ਕਰ ਲਿਆ ਹਾਂਜੀ ਜੀ ਜਦੋਂ ਜਦੋਂ ਕੋਈ ਇਹੋ ਜਿਹਾ ਮੂਮੈਂਟ ਆਂਦਾ ਉਸ ਟਾਈਮ ਤੁਸੀਂ ਕੀ ਮਹਿਸੂਸ ਕਰਦੇ ਹੋ ਬਿਲਕੁਲ ਹਾਂਜੀ ਹਾਂ ਮੈਂ ਕਿਹਾ ਇਸ ਟਾਈਮ ਮੈਂ ਹੋ ਮਹਿਸੂਸ ਕਰ ਰਿਹਾ ਜਿਵੇਂ ਕਹਿ ਲਓ ਕਿ ਕਪਿਲ ਦੇਵ ਜਾਂ ਸਚਿਨ ਤেন্ডुलकर ਦੇ ਕਿਸੇ ਮੈਚ ਦੇ ਵਿੱਚ ਸਚਿਨ ਤেন্ডुलकर ਨੇ ਕੋਈ ਸੈਂਚਰੀ ਮਾਰੀ ਹੋਵੇ ਜਾਂ ਕੋਈ ਐਸਾ ਰਿਕਾਰਡ ਬਣਾਇਆ ਹੋਵੇ ਮਗਾ ਸਾਰਾ ਸਟੇਡੀਅਮ ਖੜਾ ਹੋ ਕੇ ਤਾੜੀਆਂ ਬਜਾ ਰਿਆ ਹੁੰਦਾ ਉਸ ਟਾਈਮ ਮੈਂ ਕਿਹਾ ਸਚਿਨ ਤਿੰਦੁਲਕਰਦਾ ਜਿਹੜੇ ਕੋਚ ਨੇ ਹਾਂਜੀ ਮੈਂ ਕਿਹਾ ਉਹ ਸਟੇਡੀਅਮ ਦੇ ਵਿੱਚ ਖੜੇ ਜੋ ਉਹ ਫੀਲ ਕਰਦੇ ਹੋਣਗੇ ਉਹੀ ਫੀਲ ਇਸ ਟਾਈਮ ਮੈਂ ਕਰ ਰਿਹਾ ਹਾਂ 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 ਸਾਡੇ ਬੱਚੇ ਜਿਹੜੇ ਆ ਉਹ ਤਰੱਕੀ ਕਰ ਰਹੇ ਨੇ ਕਿਉਂਕਿ ਜਦੋਂ ਤੁਸੀਂ ਜਦੋਂ ਤੁਸੀਂ ਇੱਕ ਬੂਟਾ ਲਾਇਆ ਹੁੰਦਾ ਨਾ ਹਾਂਜੀ ਉਹ ਬੂਟਾ ਜਦੋਂ ਰੁੱਖ ਬਣਦਾ ਤੇ ਉਹ ਆਪਣੀ ਛਾਂ ਦਿੰਦਾ ਜਦੋਂ ਉਹ ਬੂਟਾ ਤੇ ਲੋਕ ਥੱਲੇ ਆ ਕੇ ਬੈਠਦੇ ਤੇ ਤੁਹਾਨੂੰ ਇਸ ਗੱਲ ਦਾ ਆਨੰਦ ਬਹੁਤ ਆਉਂਦਾ ਕਿ ਤੁਸੀਂ ਬੂਟਾ ਲਾਇਆ ਹੋਇਆ ਲੋ ਅੱਜ ਇਹ ਕਣਛਾਵਾ ਬੂਟਾ ਹੋ ਗਿਆ ਹਾਂਜੀ ਠੀਕ ਹੈ ਨਾ ਤਾਂ ਉਹੀ ਫੀਲ ਮੇਰੇ ਉਹਦੇ ਚੰਦਾ ਇਹ ਵੀ ਬੜਾ ਇੱਕ ਮਜ਼ੇਦਾਰ ਕਿੱਸਾ ਅਕੈਡਮੀ ਤੁਸੀਂ ਇਹ ਦੇਖੋ ਵੀ ਪਹਿਲਾਂ ਅ ਇੰਦਰ ਲੋਕ ਤੋਂ ਬਾਅਦ ਫਿਰ ਮੈਂ ਆਪਣਾ ਸਟੂਡੀਓ ਬਣਾਇਆ ਜੀ ਹਾਂਜੀ ਮੇਰੇ ਯਾਦ ਆ ਜੀ ਹੁਣ ਵਾਇਸ ਆਫ ਪੰਜਾਬ ਦੀ ਗੱਲ ਚੱਲੀ ਹੈ 2010 2010 ਦੇ ਵਿੱਚ ਨਾ ਹਾਂਜੀ ਸਾਡੀ ਮੀਟਿੰਗ ਸਾਡੀ ਮੀਟਿੰਗ ਹੋਈ ਤੇ ਪੀਟੀਸੀ ਦੇ ਮੈਡਮ ਸੀ ਤੇ ਰਵਿੰਦਰ ਨਾਰਾਇਣ ਸਰ ਹਾਂਜੀ ਮੀਟਿੰਗ ਹੋਈ ਕਿ ਕਹਿੰਦੇ ਆਪਾਂ ਇੱਕ ਪ੍ਰੋਗਰਾਮ ਕਰਨਾ ਹੂੰ ਕਹਿੰਦੇ ਅੱਛਾ ਜੀ ਕਹਿੰਦੇ ਆਪਾਂ ਇਦਾਂ ਦਾ ਕੋਈ ਰਿਐਲਿਟੀ ਸ਼ੋ ਬਣਾਣਾ ਹੈ ਹੂੰ ਠੀਕ ਹੈ ਜੀ ਤੇ ਸਾਰਾ ਕੁਝ ਫਾਈਨਲ ਹੋ ਗਿਆ ਤੇ ਅਸੀਂ ਜੀ ਆਡੀਸ਼ਨ ਸਟਾਰਟ ਕਰਤੇ ਹਾਂਜੀ ਤੇ ਜਦੋਂ ਆਡੀਸ਼ਨ ਸਟਾਰਟ ਹੋ ਗਏ ਸਭ ਕੁਝ ਹੋ ਗਿਆ ਆਡੀਸ਼ਨ ਤੋਂ ਬਾਅਦ ਜਦੋਂ ਸਟੂਡੀਓ ਚ ਜਾਣਾ ਸੀ ਨਾ ਹੂੰ ਤੇ ਉੱਥੇ ਮੈਂ ਕਿਹਾ ਜੀ ਵੀ ਸਾਰਾ ਕੁਝ ਤਾਂ ਠੀਕ ਹੈ ਹਾਂਜੀ ਪਰ ਇਹ ਬੱਚਿਆਂ ਨੂੰ ਸਿਖਾਊਗਾ ਕੌਣ ਹਾਂਜੀ ਯਾਰ ਕਹਿੰਦੇ ਇਹ ਤਾਂ ਹੰਨੇ ਸੋਚਿਆ ਹੀ ਨਹੀਂ ਫਿਰ ਮੈਂ ਕਿਹਾ ਜੀ ਮੈਂ ਕਿਹਾ ਐਦਾਂ ਕਰਦਾ ਜੀ ਤੁਸੀਂ ਇੱਕ ਜੱਜ ਜਿਹੜਾ ਉਹ ਅਰੇਂਜ ਕਰੋ ਹਾਂਜੀ ਮੈਂ ਮੈਂ ਬੱਚਿਆਂ ਨੂੰ ਟ੍ਰੇਨਿੰਗ ਮੈਂ ਦਿੰਦਾ ਹਾਂ ਹੂੰ ਚਲੋ ਉੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਰਵਿੰਦਰ ਨਾਰਾਇਣ ਜੀ ਨੇ ਹੀ ਕਿਹਾ ਹਾਂਜੀ ਮੈਨੂੰ ਕਹਿੰਦੇ ਜਦੋਂ ਚਾਰ ਪੰਜ ਸੀਜ਼ਨ ਕਰ ਲੈਣਾ ਮੈਂ ਇੱਕ ਦਿਨ ਹੱਸਦੇ ਹੱਸਦੇ ਨੇ ਕਿਹਾ ਉਹਨਾਂ ਨੂੰ ਹਾਂਜੀ ਉਹ ਮੈਂ ਕਿਹਾ ਮਹਾਰਾਜ ਮੈਂ ਕਿਹਾ ਅੱਗੇ ਤਾਂ ਰਿਕਾਰਡਿੰਗ ਦੇ ਫੋਨ ਆਉਂਦੇ ਹੁੰਦੇ ਸੀਗੇ ਹਾਂਜੀ ਭਾਜੀ ਰਿਕਾਰਡਿੰਗ ਕਰਾਉਣੀ ਆ ਭਾਜੀ ਗਾਣਾ ਰਿਕਾਰਡ ਕਰਨਾ ਮੈਂ ਕਿਹਾ ਹੁਣ ਫੋਨ ਆਣ ਲੱਗੇ ਸਰ ਅਸੀਂ ਗਾਣਾ ਸਿੱਖਣਾ ਜੀ ਅਸੀਂ ਸਿੱਖਣਾ ਤੁਹਾਡੇ ਕੋਲੋਂ ਹਾਂਜੀ ਤੇ ਕਹਿੰਦੇ ਫਿਰ ਤੂੰ ਕੀ ਕਹਿੰਦੇ ਫਿਰ ਤੂੰ ਕੀ ਕਹਿੰਨਾ ਮੈਂ ਕਿਹਾ ਮੈਂ ਇਹੀ ਕਹਿੰਦਾ ਉਹਨਾਂ ਵੀ ਨਹੀਂ ਭਾਈ ਮੈਂ ਤਾਂ ਉਹ ਟੀਵੀ 'ਚ ਹੀ ਕਰਦਾ ਕੰਮ ਅਦਰਵਾਈਜ਼ ਤਾਂ ਰਿਕਾਰਡਿੰਗ ਸਟੂਡੀਓ ਮੇਰਾ ਹਾਂਜੀ ਵੀ ਅਸੀਂ ਮੈਂ 뮤직 ਡਾਇਰੈਕਟਰ ਹਾਂ ਜੀ ਮੈਨੂੰ ਕਹਿੰਦੇ ਰੱਬ ਨੇ ਤੈਨੂੰ ਇੱਕ ਮੌਕਾ ਦਿੱਤਾ ਹਾਂਜੀ ਤੇ ਤੂੰ ਕਿਉਂ ਨਹੀਂ ਜੋ ਇੱਕ ਤੇਰੀ ਇਮੇਜ ਬਣੀ ਹੈ ਲੋਕਾਂ ਦੇ ਵਿੱਚ ਜੋ ਇੱਕ ਚੈਨਲ ਨੇ ਇੱਕ ਇਮੇਜ ਬਣਾ ਦਿੱਤੀ ਹੈ ਇਸ ਪ੍ਰੋਗਰਾਮ ਨੇ ਬਣਾ ਦਿੱਤੀ ਹੈ ਹਾਂਜੀ ਤੂੰ ਕਿਉਂ ਨਹੀਂ ਕਹਿੰਦੇ ਉਸ ਪਾਸੇ ਨੂੰ ਜਾਂਦਾ ਹਾਂ ਮੈਂ ਕਿਹਾ ਜੀ ਗਲਤ ਤਾਂ ਤੁਹਾਡੀ ਠੀਕ ਹੈ ਮੈਂ ਸੋਚਣ ਲੱਗ ਗਿਆ ਹੂੰ ਚਲੋ ਫਿਰ ਮੈਂ ਮੈਂ ਸੋਚਿਆ ਕੋਈ ਗੱਲ ਨਹੀਂ ਮੈਂ ਸਟੂਡੀਓ ਦੇ ਵਿੱਚ ਇੱਕ ਟਾਈਮ ਫਿਕਸ ਕਰ ਲਿਆ ਹਾਂਜੀ ਮੈਂ ਕਿਹਾ ਸਵੇਰੇ 10 ਵਜੇ ਆਉਣਾ ਹੈ ਸਟੂਡੀਓ 10 ਤੋਂ 4 ਵਜੇ ਤੱਕ ਮੈਂ ਸਟੂਡੀਓ ਦਾ ਕੰਮ ਕਰੂੰਗਾ ਹਾਂਜੀ ਤੇ 4 ਤੋਂ 6 ਮੈਂ ਕਹ ਦੋ ਘੰਟੇ ਮੈਂ میوزਿਕ ਅਕੈਡਮੀ ਨੂੰ ਦਊਂਗਾ ਹਾਂਜੀ ਮੈਂ ਭਾਜੀ 2015 ਦੇ ਵਿੱਚ ਹਾਂਜੀ 2015 ਹਾਂਜੀ 2015 ਦੇ ਵਿੱਚ ਮੈਂ ਸਿਰਫ 6 ਸਟੂਡੈਂਟਸ ਦੇ ਨਾਲ ਅਕੈਡਮੀ ਸ਼ੁਰੂ ਕੀਤੀ ਸੀ ਵਾਹ ਹਾਂਜੀ ਤੇ ਉਹ ਹੌਲੀ 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 ਐਸਾ ਮਾਹੌਲ ਬਣ ਗਿਆ ਹਾਂਜੀ ਮੈਂ ਬਾਹਰਲਾ ਕੰਮ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਉਹ ਸਟੂਡੈਂਟਸ ਹੀ ਮਤਲਬ ਕਰਦੇ ਨੇ ਹਾਂਜੀ ਤੇ ਬੜਾ ਬੜਾ ਚੰਗਾ ਲੱਗਦਾ ਹੈ ਜਦੋਂ ਸਾਡੇ ਸਟੂਡੈਂਟਸ ਜਿਹੜੇ ਆ ਇਸ ਟਾਈਮ ਪ੍ਰੋਫੈਸ਼ਨਲੀ ਕੰਮ ਕਰ ਰਹੇ ਨੇ ਕਰ ਰਹੇ ਹਾਂਜੀ ਜਿਵੇਂ ਕਹਿ ਲਓ ਮੁੰਡਾ ਹੈਗਾ ਅਮਰ ਸੈਂਬੀ ਹਾਂਜੀ ਉਹ ਬਹੁਤ ਅੱਛਾ ਹੈ ਫਿਰ ਅੱਜਕੱਲ ਜਿਹੜਾ ਅੱਜਕੱਲ ਬਹੁਤ ਚਰਚਾ ਚ ਹੈ ਮੁੰਡਾ ਯਾਸਿਰ ਹੁਸੈਨ ਹਾਂਜੀ ਤੇ ਉਹ ਵੀ ਸਾਡਾ ਅਕੈਡਮੀ ਦਾ ਸਟੂਡੈਂਟ ਹੈ ਹਾਂਜੀ ਤੇ ਹੋਰ ਕਈ ਸਟੂਡੈਂਟਸ ਨੇ ਜਿਵੇਂ ਤਨਿਸ਼ कौर ਹੈ ਕਿ ਹਾਂਜੀ ਤੇ ਕਾਫੀ ਸਾਰੇ ਸਟੂਡੈਂਟਸ ਆ ਇਸ ਟਾਈਮ ਜਿਹੜੇ ਨੇ ਉਹ ਪ੍ਰੋਫੈਸ਼ਨਲੀ ਕੰਮ ਕਰ ਰਹੇ ਨੇ ਕਰ ਰਹੇ ਕਰ ਰਹੇ ਬੜਾ ਚੰਗਾ ਲੱਗਦਾ ਹੈ ਹਾਂ ਬਹੁਤ ਚੰਗਾ ਲੱਗਦਾ ਕਿ ਚਲੋ ਅ ਅਸੀਂ ਜਿਸ ਪਾਸੇ ਨੂੰ ਇਹਨਾਂ ਨੂੰ ਪਾਇਆ ਤੇ ਉਧਰ ਵਧ ਰਹੇ ਨੇ ਹੌਲੀ ਹੌਲੀ ਆਪਣੇ ਕਦਮ ਵਧਾ ਰਹੇ ਨੇ ਤੇ ਕਾਮਯਾਬੀ ਵੱਲ ਵਧ ਰਹੇ ਨੇ ਬਿਲਕੁਲ ਬਿਲਕੁਲ ਇੱਕ ਨਾ ਕਾਮਯਾਬੀ ਵੀ ਚਲੋ ਇਹ ਵੀ ਤੁਹਾਨੂੰ ਪਤਾ ਕਿ ਜਿੱਦਾਂ ਸੰਗੀਤ ਦੇ ਵਿੱਚ ਆਪਣੇ ਸੰਗੀਤਕਾਰੀ ਦੇ ਵਿੱਚ ਐ ਇਸੇ ਤਰੀਕੇ ਨਾਲ ਗਾਇਕੀ ਦੇ ਵਿੱਚ ਕਾਮਯਾਬੀ ਦੇ ਵਿੱਚ ਕਿਸਮਤ ਵੀ ਹੁੰਦੀ ਆ ਥੋੜੀ ਜਿਹੀ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੂੰ ਜਾਦੇ ਆਉਂਦਾ ਉਹਨੇ ਜ਼ਿਆਦੇ ਚੱਲਣਾ ਜਿਹਨੂੰ ਘਾਟਾਂ ਦਾ ਉਹਨੇ ਘੱਟ ਚੱਲਣਾ ਹੈ ਤਾਂ ਕਿਸਮਤ ਦੇ ਸੌਦੇ ਆ ਜੀ ਜਿਹੜੀ ਮਸ਼ਹੂਰੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਕਹਿੰਦੇ ਨੇ ਨਾ ਮੈਂ ਅਕਸਰ ਗੱਲ ਕਹਿੰਦਾ ਹਾਂ ਕਿ ਇਹ ਸਭ ਪ੍ਰਮਾਤਮਾ ਦੇ ਹੱਥ ਹੈ। ਹਾਂਜੀ। ਬਾਣੀ ਵੀ ਕਹਿੰਦੀ ਹੈ ਨਾ ਸਾਬ ਹੱਥ ਫੜਿਆ ਆਈਆਂ ਜਿਸ ਭਾਵੇਂ ਤਸਦੀ। ਹਾਂਜੀ। ਨਾ ਬਾਣੀ ਵੀ ਇਹੀ ਕਹਿੰਦੀ ਹੈ ਕਿ ਜੋ ਕੁਝ ਦੇਣਾ ਮਾਲਕ ਨੇ ਦੇਣਾ। ਹਾਂਜੀ ਹਾਂਜੀ। ਬਸ ਤੁਸੀਂ ਆਪਣਾ ਕਰਮ ਕਰਮ ਕਰਦੇ ਰਹੋ। ਬਿਲਕੁਲ। ਤੁਸੀਂ ਚੱਲਦੇ ਰਹੋ ਕਦੇ ਨਾ ਕਦੇ ਤਾਂ ਕਾਮਯਾਬੀ ਮਿਲੂਗੀ। ਹਾਂ ਪਰ ਆਰਟ ਜਿਹੜਾ ਆ ਜਿੱਦਾਂ ਸੰਗੀਤ ਆ ਇਹਦੇ ਵਿੱਚ ਤੁਸੀਂ ਦੇਖੇ ਦੇ ਦੇਖਦੇ ਹੋਣੇ ਆ ਕਿ ਜਦੋਂ ਤੁਹਾਡੇ ਕੋਲ ਸਟੂਡੈਂਟ ਆਂਦੇ ਆ। ਜੀ। ਕਾਫ ਕਰਕੇ ਉਹ ਬੰਦੇ ਜਿਹੜੇ ਸਿਖਾਉਂਦੇ ਆ ਉਹ ਇਹ ਚੀਜ਼ ਬਹੁਤ ਦੇਖਦੇ ਆ ਕਿ ਜਿਹੜਾ ਬੰਦੇ ਦਾ ਇੰਟੈਲੈਕਟ ਆ ਜਿਹੜੀ ਉਹਦੀ ਬੁੱਧੀ ਆ ਉਹਦੇ ਨਾਲ ਇਹਦਾ ਸਿੱਧਾ ਕੋਈ ਸਬੰਧ ਨਹੀਂ ਕਿਸੇ ਨੂੰ ਉਹ ਚੀਜ਼ ਸਮਝ ਆਉਂਦੀ ਆ ਕਿਸੇ ਦੇ ਉਹ ਨਹੀਂ ਸਮਝ ਆਉਂਦੀ ਤੁਸੀਂ ਜਿੰਨਾ ਮਰਜੀ ਜ਼ੋਰ ਪਾਈ ਜੋ ਕਿਸੇ ਦੇ ਕਲਿੱਕ ਹੋ ਜਾਂਦੀ ਆ ਹਾਂਜੀ ਤੇ ਉਹ ਅਗਲਾ ਕੁਐਸਚਨ ਹੈ ਤੁਹਾਨੂੰ ਇਦਾਂ ਦਾ ਪੁੱਛਦਾ ਕਿ ਤੁਹਾਡੀ ਰੂਹ ਖੁਸ਼ ਹੋ ਜਾਂਦੀ ਆ ਕਿਸੇ ਨੂੰ ਤੁਸੀਂ ਕੋਈ ਚੀਜ਼ 10 ਵਾਰੀ ਦੱਸੋ ਉਹਦੇ ਸਮਝ ਨਹੀਂ ਪੈਂਦੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਜੀ ਜਿੱਦਾਂ ਹੁਣ ਅੱਜ ਦੀ ਘਟਨਾ ਅੱਜ ਕਲਾਸ ਦੇ ਵਿੱਚ ਹਾਂਜੀ ਗੀਤ ਕਰਾ ਰਿਆ ਸੀ ਮੈਂ ਹੂੰ ਤੇ ਉਹ ਗੀਤ ਦੇ ਵਿੱਚ ਨਾ ਇੱਕ ਛੋਟੀ ਜੀ ਜਗਾ ਹਰਕਤ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਸਾਡੀ ਸਟੂਡੈਂਟ ਹਾਂਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਪੁੱਤਰ ਇਦਾਂ ਨਹੀਂ ਹੈ ਇਹ ਇਦਾਂ ਕਹਿਣੀ ਹੈ ਹੂੰ ਅੱਛਾ ਉਹਨੂੰ ਮੈਂ ਦੱਸ ਵੀ ਰਿਆਂ ਹਾਂਜੀ ਤੂੰ ਮੇਰੇ ਤੋਂ ਸੁਣ ਕੇ ਚਾਰ ਪੰਜ ਵਾਰੀ ਮੈਂ ਦੱਸਿਆ ਹਾਂਜੀ ਫਿਰ ਵੀ ਉਹਨੇ ਉਹਨੇ ਮਤਲਬ ਖਾਨੇ ਨਹੀਂ ਪਈ ਗੱਲ ਹਾਂ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਪੁੱਤਰ ਹੁਣ ਤੂੰ ਗਾਣਾ ਬਾਅਦ ਚ ਕਰੀ ਪਹਿਲਾਂ ਇੰਨੀ ਜਗ੍ਹਾ ਬਾਰ 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 ਸੁਣ ਹਾਂ ਠੀਕ ਹੈ ਨਾ ਮੈਂ ਕਿਹਾ ਜਦ ਤੇਰੇ ਦਿਮਾਗ ਚ ਬੈਠ ਜਾਵੇ ਫਿਰ ਆਪਾਂ ਅੱਗੇ ਤੁਰਾਂਗੇ ਮੈਂ ਕਿਹਾ ਇਦੋਂ ਅੱਗੇ ਤੈਨੂੰ ਹਲੇ ਮੈਂ ਕੁਝ ਨਹੀਂ ਦੱਸਣਾ ਤੇਰਾ ਇਹੀ ਲੈਸਨ ਹੈ ਹਾਂ ਸੋ ਇਦਾਂ ਹੁੰਦਾ ਕਿ ਕਈ ਵਾਰੀ ਕਈ ਸਟੂਡੈਂਟਸ ਐਸੇ ਨੇ ਜਿਨ੍ਹਾਂ ਨੂੰ ਬਾਰ ਬਾਰ ਦੱਸਣ ਤੇ ਵੀ ਉਹਨਾਂ ਦੇ ਪੱਲੇ ਨਹੀਂ ਪੰਦੀ ਗੱਲ ਔਰ ਕਈ ਐਸੇ ਨੇ ਤੁਸੀਂ ਕੁਝ ਦੱਸ ਦਿਓ 19 ਉੱਤੇ ਉਹ 21 ਕਰਕੇ ਸੁਣਾਉਂਦੇ ਨੇ ਅੱਗੇ ਹਾਂਜੀ 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 ਜੇ ਆਮ ਬੰਦੇ ਨੇ ਸਮਝਣਾ ਹੋਵੇ ਕਿਉਂਕਿ ਸੰਗੀਤ ਦਿਸਦਾ ਨਹੀਂ ਨਾ ਇਹ ਤਾਂ ਸਾਰਾ ਦਿਮਾਗ ਦੇ ਵਿੱਚ ਹੀ ਆ ਦਿਸਦਾ ਕੁਝ ਵੀ ਨਹੀਂ ਬਾਹਰ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ ਤੇ ਚਾਹੇ ਕਿਸੇ ਨੇ ਸਾਜ਼ ਵੀ ਵਜਾਉਣਾ ਤੇ ਜਦੋਂ ਵੱਜਦਾ ਉਦੋਂ ਹੀ ਪਤਾ ਲੱਗਦਾ ਪਤਾ ਨਹੀਂ ਉਂਗਲੀ ਅੰਦਰੋਂ ਕਿਹੜੀ ਚੀਜ਼ ਆਰਡਰ ਕਰ ਰਹੀ ਆ ਚਲਾਣ ਇਸੇ ਤਰੀਕੇ ਨਾਲ ਜਦੋਂ ਗਾ ਰਿਹਾ ਬੰਦਾ ਮੂੰਹ ਖੋਲ੍ਹਿਆ ਤੇ ਪਤਾ ਨਹੀਂ ਕਿਹੜਾ ਸੁਰ ਆ ਜਾਣਾ ਇਹ ਦਿਸਦਾ ਨਹੀਂ ਪੈਦਾ ਕਿੱਥੇ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਜਿਹੜਾ ਬੰਦਾ ਪੇਂਟ ਕਰ ਰਿਹਾ ਤੇ ਉਹ ਦਿਸਦਾ ਆ ਲੋਕਾਂ ਨੂੰ ਤੇ ਇਸ ਕਰਕੇ ਮੈਂ ਬਹੁਤ ਵਾਰ ਨਾ ਪੇਂਟ ਦੀ ਐਗਜ਼ਾਮਪਲ ਦਿੰਦਾ ਹਾਂ ਨਾ ਕਿ ਤੁਸੀਂ ਦੇਖੋ ਕਿ ਜਿਹੜਾ ਬੰਦਾ ਕਿਸੇ ਨੂੰ ਸਿਖਾਉਂਦਾ ਉਹ ਇਹੀ ਸਿਖਾ ਸਕਦਾ ਕਿ ਕਿਹੜਾ ਰੰਗ ਕਿਹਦੇ ਨਾਲ ਜਾਂਦਾ ਸ਼ੇਡ ਕਿਦਾਂ ਦੱਸਣੀ ਆ ਛਾਂ ਕਿਦਾਂ ਦੱਸਣੀ ਲਾਈਟ ਕਿਦਾਂ ਦੱਸਣੀ ਆ ਕਿਸੇ ਚੀਜ਼ ਨੂੰ ਕਿਦਾਂ ਪੇਂਟ ਕਰਨਾ ਪੇਪਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਪਰ ਉਹ ਇਹ ਨਹੀਂ ਦੱਸ ਸਕਦਾ ਜਿਹੜੀ ਕਿ ਜਦੋਂ ਦੋ ਬੰਦਿਆਂ ਨੇ ਬਣਾਣੀ ਆ ਪੇਂਟਿੰਗ ਇੱਕ ਨੇ ਬਹੁਤ ਹੀ ਖੂਬਸੂਰਤ ਬਣਾ ਦੇਣੀ ਆ ਇੱਕ ਨੇ ਉਹਦੇ ਸਾਰੇ ਸ਼ਗਨਤਾ ਪੂਰੇ ਕਰ ਦੇਣੇ ਆ ਹਾਂਜੀ ਬਿਲਕੁਲ ਤੇ ਪਰ ਉਹਦੇ ਚ ਖੂਬਸੂਰਤੀ ਨਹੀਂ ਹਾਨੀ ਬਿਲਕੁਲ ਜੀ ਐਕਚੁਅਲੀ ਕੀ ਹੈ ਕਿ ਇਹ ਆਪਣਾ ਆਪਣਾ ਨਾ ਇੱਕ ਖਿਆਲ ਦੀ ਉਡਾਨ ਹੈ ਹਾਂ ਤੁਹਾਡਾ ਜਿਹੜਾ ਤੁਹਾਡਾ ਖਿਆਲ ਹੈ ਨਾ ਉਹ ਉਹਦੀ ਉਡਾਨ ਕਿੰਨੀ ਕੁ ਖੂਬਸੂਰਤ ਹੈ ਤੇ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਆਪਣੇ ਖਿਆਲ ਨੂੰ ਤੁਸੀਂ ਐ ਐਕਸਪਲੋਰ ਕਰਦੇ ਹੋ ਤੁਸੀਂ ਉਹਨੂੰ ਕਿਵੇਂ ਕਿਵੇਂ ਉਹਨੂੰ ਬਾਹਰ ਲੈ ਕੇ ਆਉਂਦੇ ਹੋ ਇਹ ਹਰ ਅ ਇਨਸਾਨ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਹੈ ਹਰ ਇਨਸਾਨ ਅ ਕਲਾ ਉਹੀ ਹੈ لیکن ਉਸ ਕਲਾ ਦਾ ਜਿਹੜਾ ਲੈਵਲ ਹੈ ਜਿਹੜਾ ਉਹਦਾ ਇੱਕ ਮਿਆਰ ਹੈ ਉਹ ਹਰ ਬੰਦੇ ਦੇ ਵਿੱਚ ਅਲੱਗ-ਅਲੱਗ ਹੈ ਜੀ ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਬਚਪਨ ਦੇ ਵਿੱਚ ਤੁਸੀਂ ਹੁਜਾ ਸਾਹਿਬ ਤੋਂ ਬਹੁਤ ਪ੍ਰਭਾਵਿਤ ਸੀ ਜੀ 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 ਤੇ ਫਿਰ ਤੁਹਾਡਾ ਉਹਨਾਂ ਦੇ ਨਾਲ ਬੜਾ ਵਧੀਆ ਸਬੰਧ ਜੁੜਿਆ ਕੁਝ ਉਹਦੇ ਬਾਰੇ ਵੀ ਦੱਸੋ ਇਹ ਬੜਾ ਜੀ ਕਹ ਲਓ ਮਜ਼ੇਦਾਰ ਕਿੱਸਾ ਹੈ ਹਾਂ ਜੀ ਮਤਲਬ ਇੰਨਾ ਕਿ ਇੰਪ੍ਰੈਸ ਸੀ ਮੈਂ ਕਹਿਆ ਸੀ ਯਾਰ ਇਹਨਾਂ ਤੋਂ ਮੈਂ ਸਿੱਖਣਾ ਜ਼ਰੂਰ ਇਹਨਾਂ ਨੂੰ ਮਿਲਣਾ ਜ਼ਰੂਰ ਹਾਂਜੀ ਲਓ ਜੀ ਮੈਂ 뮤직 ਕਰਨ ਲੱਗ ਗਿਆ ਉਹ ਤੋਂ ਪਹਿਲਾਂ ਆਹ ਜਿਹੜਾ 뮤직 ਕੀਤਾ ਅ ਨਰਿੰਦਰ ਬੀਬਾ ਜੀ ਦਾ ਉਸ ਤੋਂ ਬਾਅਦ 뮤직 ਹੋਰ ਵੀ ਕੀਤੇ ਪਰ ਮੇਰੀ ਉਹਨਾਂ ਨਾਲ ਮਿਲਣ ਦੀ ਇੱਕ ਤੜਫ ਸੀ ਜਿਹੜੀ ਉਹ ਇਦਾਂ ਹੀ ਰਹੀ ਹਾਂਜੀ ਮੈਂ ਬਿਲਕੁਲ ਉਹਨਾਂ ਨੂੰ ਫੋਲੋ ਕਰਦਾ ਸੀ ਮੈਂ ਉਸ ਦੌਰਾਨ ਇੱਕ ਚਿੱਠੀ ਵੀ ਲਿਖੀ ਅੱਛਾ ਜੀ ਉਦੋਂ ਮੋਬਾਈਲ ਤਾਂ ਹੁੰਦੇ ਨਹੀਂ ਸੀ ਹਾਂਜੀ ਹਾਂਜੀ ਨੰਬਰ ਮੇਰੇ ਕੋਲ ਉਹਨਾਂ ਦਾ ਹੈ ਨਹੀਂ ਸੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਜੀ ਮੈਂ ਤਾਂ ਤੁਹਾਡਾ ਏਕ ਲਬਿਆ ਹਾਂ ਬਈ ਤੁਹਾਨੂੰ ਸੁਣ ਸੁਣ ਕੇ ਮੈਂ ਕਹਾ ਮੈਂ ਮਿਊਜ਼ਿਕ ਕਰਨਾ ਸ਼ੁਰੂ ਕੀਤਾ ਹੂੰ ਤੇ ਮੈਂ ਕਹਾ ਮੇਰੇ ਲਈ ਤੁਸੀਂ ਦਰੋਣਾ ਚਾਹ ਰਹੇ ਹੋ ਹਾਂਜੀ ਤੇ ਮੈਂ ਤੁਹਾਡਾ ਏਕ ਲਬਿਆ ਹੂੰ ਤੇ ਉਹਨਾਂ ਨੇ ਜੀ ਉਹ ਚਿੱਠੀ ਸੰਭਾਲ ਕੇ ਰੱਖੀ ਅੱਛਾ ਜੀ ਤੇ ਉਸ ਸਬੱਬ ਕੀ ਬਣਿਆ ਕਿ ਮੇਰਾ ਬਹੁਤ ਕਹੋ ਪਿਆਰਾ ਜਿਹਾ ਰਿਸ਼ਤਾ ਬਣਿਆ ਰਾਜ ਬਰਾੜ ਉਹਨਾਂ ਨਾਲ ਹਾਂਜੀ ਹਾਂ ਰਾਜ ਬਰਾੜ ਆਪਣੇ ਹਾਂਜੀ ਮੇਰਾ ਬਹੁਤ ਅੱਛਾ ਮਿੱਤਰ ਸੀ ਉਹ ਹੂੰ ਤੇ ਉਹਨਾਂ ਨਾਲ ਇੱਕ ਜਦੋਂ ਮੁਲਾਕਾਤ ਹੋਈ ਸਾਡੀ ਮੁਲਾਕਾਤ ਸਾਡੀ ਦੋਸਤੀ ਚ ਬਦਲ ਗਈ ਹਾਂਜੀ ਤੇ ਇੱਕ ਦਿਨ ਸਬੱਬ ਬਣਿਆ ਰਾਜ ਮੈਨੂੰ ਕਹਿੰਦਾ ਕਹਿੰਦਾ ਕਿ ਟੂ ਯਾਰ ਇੱਕ ਰਿਕਾਰਡਿੰਗ ਕਰੇਗਾ ਹਾਂਜੀ ਤੇ ਮੈਂ ਆਪਾਂ ਦੁਗਾਣਿਆਂ ਦੀ ਐਲਬਮ ਕਰਨੀ ਹੈ ਹੂੰ ਮੈਂ ਮੈਂ ਕਿਹਾ ਹਾਂ ਠੀਕ ਹੈ ਕਰ ਲਾਂਗੇ ਹੂੰ ਕਹਦਾ ਪਰ ਕਰਨੀ ਆਪਾਂ ਦਿੱਲੀ ਐ ਕਹਿੰਦਾ ਸੰਗੀਤ ਕਾਸਟੂਡੀਓ ਚ ਕਰਨੀ ਹੈ ਅੱਛਾ ਜੀ ਉਹ ਮੈਂ ਕਹਾ ਭਰਾਵਾ ਮੈਤੋ ਨਹੀਂ ਹੋਣੀ ਮੈਂ ਕਹਾ ਉੱਥੇ ਤਾਂ ਮੈਂ ਵੈਸੀ ਨਹੀਂ ਮੈਂ ਕਹਾ ਉੱਥੇ ਤਾਂ ਮੇਰਾ ਵੈਸੀ ਨਹੀਂ ਹੱਥ ਚੱਲਣਾ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਵੀ ਆਪਾਂ ਚੱਲਦੇ ਆ ਮੈਂ ਕਹਾ ਵੀ ਇਦਾਂ ਕਰ ਫਿਰ ਮੈਂ ਕਹਾ ਮੇਰੀ ਇੱਕ ਸ਼ਰਤ ਹੈ 3 ਦਿਨ ਰਿਕਾਰਡਿੰਗ ਸੀ ਜੀ 3 ਦਿਨ ਦੀ ਹਾਂਜੀ ਮੈਂ ਕਹਾ ਮੇਰੀ ਇੱਕ ਸ਼ਰਤ ਹੈ ਮੈਂ ਕਹਾ ਵੀ 3 ਦਿਨ ਉਹਜਾ ਸਾਹਿਬ ਨਾਲ ਉੱਥੇ ਆਣ ਹਾਂਜੀ ਮੈਂ ਕਹਾ ਵੀ ਉਹਨਾਂ ਦਾ ਮੈਂ ਮੈਂ ਕਹਾ ਬਹੁਤ ਮੈਨੂੰ ਡਰ ਲੱਗਦਾ ਵੀ ਉਹਜਾ ਸਾਹਿਬ ਸਟੂਡੀਓ ਚ ਨਾ ਆਣ ਹਾਂਜੀ ਇਨੇ ਰਾਜ ਨੇ ਰਾਜ ਨੇ ਗੱਲ ਕੀਤੀ ਜੀ ਸਾਹਿਬ ਕਹਿੰਦੇ ਚੱਲ ਠੀਕ ਹੈ ਕੋਈ ਗੱਲ ਨਹੀਂ ਕਹਿੰਦੇ ਮੈਂ ਇਧਰ ਉਧਰ ਹੋ ਜੂਗਾ ਹਾਂਜੀ ਲਓ ਜੀ ਅਸੀਂ ਅਸੀਂ ਪਹੁੰਚੇ ਉੱਥੇ ਸਵੇਰੇ ਰਾਤ ਮਤਲਬ ਰਾਤ ਨੂੰ ਉੱਥੋਂ ਬੱਸ ਫੜੀ ਅਸੀਂ ਲੁਧਿਆਣੇ ਤੋਂ ਅਸੀਂ ਦਿੱਲੀ ਪਹੁੰਚੇ ਸਵੇਰੇ 4 ਸਵੇਰੇ 4 ਵਜੇ ਦਿੱਲੀ ਪਹੁੰਚੇ ਪਹੁੰਚ ਗਏ ਸਿੱਧਾ ਸਟੂਡੀਓ ਪਹੁੰਚੇ ਹਾਂ ਲਓ ਜੀ ਰਿਕਾਰਡਿੰਗ ਰਿਕਾਰਡਿੰਗ ਸ਼ੁਰੂ ਕਰਤੀ ਅਸੀਂ ਹਾਂਜੀ ਰਿਕਾਰਡਿੰਗ ਸ਼ੁਰੂ ਕੀਤੀ ਤੇ ਮੈਨੂੰ ਉਦੋਂ ਪਤਾ ਲੱਗਿਆ ਜਾ ਕੇ ਕਿ ਅ ਇਹ ਰਿਕਾਰਡਿੰਗ ਦੇ ਪ੍ਰੋਡਿਊਸਰ ਜਿਹੜੇ ਨੇ ਉਹ ਉਹਜਾ ਸਾਹਿਬ ਨੇ ਅੱਛਾ ਜੀ ਹੁਣ ਸਿੰਗਰ ਸੀ ਬਲਕਾਰ ਅਣਖੀਲਾ ਹਾਂਜੀ ਤੇ ਜਸਵਿੰਦਰ ਬਰਾੜ ਹਾਂਜੀ ਜਸਵਿੰਦਰ ਬਰਾੜ ਤੇ ਬਲਕਾਰ ਅਣਖੀਲਾ ਇਹਨਾਂ ਦੋਨਾਂ ਦੀ ਹਾਂ ਐਲਬਮ ਸੀਗੀ ਹਾਂਜੀ ਤੇ ਗੀਤਕਾਰ ਰਾਜ ਬਰਾੜ ਹੂੰ ਲਓ ਜੀ ਸਾਰਾ ਕੁਝ ਹੋ ਗਿਆ ਰਿਕਾਰਡਿੰਗ ਸ਼ੁਰੂ ਹੋਊਗੀ ਸ਼ਾਮ ਦੇ 5:00 ਵਜੇ ਹੂੰ ਜਦੋਂ 5 ਵਜੇ ਮੈਂ ਨਾ ਪਾਣੀ ਪੀਣ ਵਾਸਤੇ ਸਟੂਡੀਓ ਤੋਂ ਬਾਹਰ ਗਿਆ ਦਰਵਾਜ਼ਾ ਖੋਲ੍ਹਿਆ ਜਿੱਦਾਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਮੇਰੇ ਸਾਹਮਣੇ ਉਜਾਸ ਸਾਹਿਬ ਬੈਠੇ ਹਾਂ ਉਹ ਜਿੱਦਾਂ ਨਹੀਂ ਹੁੰਦਾ ਥੋੜਾ ਇੱਕਦਮ ਦਿਲ ਦੀਆਂ ਧੜਕਣਾ ਇੱਕਦਮ ਮੈਂ ਵੱਜ ਜਾਂਦੀਆਂ ਬਲਾਸਟ ਹੋ ਜਾਂਦਾ ਇੱਦਾਂ ਹੋ ਗਿਆ ਮੇਰੇ ਨਾਲ ਹਾਂ ਯਾਰ ਤੂੰ ਚੰਗਾ ਬੰਦਾ ਕਹਿੰਦੇ ਹਾਂ ਮੈਨੂੰ ਤੂੰ ਕਹਿੰਦੇ ਕਾਇਦੀ ਕਰਤਾ ਘਰ ਤੇ ਕਹਿੰਦੇ ਮੈਂ ਤਾਂ ਬੋਰ ਹੋ ਗਿਆ ਇਸ ਕਰਕੇ ਕਹਿੰਦੇ ਮੈਂ ਉੱਠ ਕੇ ਆ ਗਿਆ ਵੀ ਨਹੀਂ 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 ਯਾਰ ਜਾਣਾ ਉਹ ਸਾਡੀ ਪਹਿਲੀ ਮੁਲਾਕਾਤ ਸੀ ਉਸ ਤੋਂ ਬਾਅਦ ਉਹਨਾਂ ਨਾਲ ਬਹੁਤ ਪਿਆਰ ਬਣਿਆ ਜੀ ਬਹੁਤ ਉਹਨਾਂ ਨੇ ਆਸ਼ੀਰਵਾਦ ਦਿੱਤਾ ਹਾਂਜੀ ਔਰ ਮਤਲਬ ਕਾਫੀ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਮਿਲੀਆਂ ਹਾਂਜੀ ਤੇ ਕਹ ਲਓ ਮੈਂ ਇਹ ਕਹਿ ਸਕਦਾ ਕਿ ਉਸ ਟਾਈਮ ਹੁਣ ਵੀ ਹਾਂਜੀ ਉਹ ਸੰਗੀਤ ਦੀ ਸਪੈਸ਼ਲੀ ਪੰਜਾਬੀ 뮤직 ਦੀ ਕਿ ਚਲਦੀ ਫਿਰਦੀ ਯੂਨੀਵਰਸਿਟੀ ਹੈ ਬਿਲਕੁਲ ਜੀ ਬਿਲਕੁਲ ਮਤਲਬ ਉਹ ਐਸੀ ਉਹਨਾਂ ਦੀ ਇੱਕ ਚੀਜ਼ ਦੇਖੀ ਪਰਫੈਕਸ਼ਨ ਹਾਂਜੀ ਕਿ ਪਰਫੈਕਸ਼ਨ ਜਿਹੜੀ ਹੈ ਨਾ ਉਹ ਜਦ ਤੱਕ ਉਹਨਾਂ ਦੀ ਤਸੱਲੀ ਨਹੀਂ ਨਾ ਹੁੰਦੀ ਸੀ ਉਹਨਾਂ ਦਾ ਉਹ ਅੱਗੇ ਨਹੀਂ ਸੀ ਵਧਦੇ ਬਿਲਕੁਲ ਬਿਲਕੁਲ ਸੋ ਇਹ ਚੀਜ਼ ਉਹਨਾਂ ਨੂੰ ਤਾਂ ਸਿੱਖਣ ਨੂੰ ਮਿਲੀ ਸੋ ਇਦਾਂ ਮੇਰਾ ਉਹਨਾਂ ਨਾਲ ਸਬੱਬ ਬਣਿਆ ਜੀ ਹਾਂਜੀ ਹਾਂਜੀ ਉਹਨਾਂ ਦੀ ਇਹ ਦੇਖੀ ਗੱਲ ਜਦੋਂ ਉਹ ਰਿਦਮ ਵਗੈਰਾ ਦੇ ਟੇਕ ਕਰਦੇ ਆ ਤੇ ਤੁਹਾਨੂੰ ਜੀ ਬਿਲਕੁਲ ਜਾਨਕਿ ਲੱਗਦਾ ਵੀ ਯਾਰ ਆ ਐਕਸੈਪਟੇਬਲ ਆ ਜਦੋਂ ਦੂਜੀ ਡਬਲ ਡਬਲ ਕਰੋ ਹਾਂਜੀ ਬਿਲਕੁਲ 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 ਪਰ ਉਹਨਾਂ ਦੀ ਸੈਟੀਸਫੈਕਸ਼ਨ ਬੜੀ ਔਖੀ ਹੁੰਦੀ ਆ ਹਾਂਜੀ 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 ਉਹੀ ਮੈਂ ਕਹਿੰਦੇ ਕਿ ਪਰਫੈਕਸ਼ਨ ਲੱਭਦੇ ਸੀ ਹਾਂਜੀ ਹਾਂ ਥੋੜਾ ਜਿਹਾ ਵੀ ਕਿਤੇ ਥੋੜਾ ਜਿਹਾ ਵੀ ਕੰਪਰੋਮਾਈਜ਼ ਨਹੀਂ ਸੀ ਕਰਦੇ ਹੋ ਨਹੀਂ ਉਹਨਾਂ ਨੇ ਜੀ ਬਹੁਤ ਵਧੀਆ ਕੰਮ ਕੀਤਾ ਅਸੀਂ ਵੀ ਇਦਾਂ ਹੀ ਹੁੰਦਾ ਸੀ ਤੇ ਪਿੰਡਾਂ ਦੇ ਵਿੱਚ ਪੈਸੇ ਘੱਟ ਹੁੰਦੇ ਆ ਬੰਦੇ ਕੋਲ ਤੇ ਜਦੋਂ ਕੋਈ ਆਉਣੇ ਨਵੀਂ ਟੇਪ ਨਾ ਕਿਸੇ ਵਧੀਆ ਸਿੰਗਰ ਦੀ ਤੇ ਫਿਰ ਉਹ ਚੁੱਕ ਕੇ ਦੇਖ ਲੈਣਾ ਜੇ ਤਾਂ ਪਿੱਛੇ ਹੁਜਾ ਸਾਹਿਬ ਦਾ ਮਿਊਜ਼ਿਕ ਆ ਫਿਰ ਉਹ ਲੈ ਲੈਣੀ ਹਾਂਜੀ ਬਿਲਕੁਲ ਦੌਰ ਹੀ ਇਦਾਂ ਦਾ ਤੇ ਫੇਰ ਕਹਣਾ ਕੋਈ ਨਹੀਂ ਫਿਰ ਸਪੀਕਰਾਂ ਚ ਹੀ ਸੁਣ ਲਾਂਗੇ ਆਹ ਹਾਂਜੀ ਇਦਾਂ ਹੀ ਹੁੰਦਾ ਸੀ ਉਹ ਦੌਰ ਹੀ ਇਦਾਂ ਦਾ ਸੀਗਾ ਕਿ ਕਿਉਂਕਿ ਉਹ ਜਿਹੜਾ ਆਪਣੇ ਇੱਥੇ ਮਿਊਜ਼ਿਕ ਰਿਕਾਰਡ ਹੁੰਦਾ ਸੀ ਨਾ ਕਿਉਂਕਿ ਇੱਥੇ ਉਦਾਂ ਮਿਊਜ਼ੀਸ਼ੀਅਨ ਨਹੀਂ ਸੀ ਪੂਰੇ ਹਾਂਜੀ ਤੇ ਅੱਜ ਵੀ ਅੱਜ ਵੀ ਤੁਸੀਂ ਦੇਖੋ ਕਿ ਅੱਜ ਵੀ ਵਾਇਲਨ ਸੈਕਸ਼ਨ ਪੰਜਾਬ ਦੇ ਵਿੱਚ ਹੈ ਨੀਗਾ ਉਹ ਜੇ ਉਹ ਜੇ ਤੁਸੀਂ ਕਰਨਾ ਤਾਂ ਤੁਹਾਨੂੰ ਦਿੱਲੀ ਹੀ ਜਾਣਾ ਪਏਗਾ ਜਾਂ ਬੰਬੇ ਜਾਣਾ ਪਏਗਾ ਜਾਣਾ ਇੱਥੇ ਆ ਹਾਂਜੀ ਤੇ ਉਸ ਟਾਈਮ ਇੰਨੇ ਬਜਟ ਨਹੀਂ ਸੀ ਹੁੰਦੇ ਐਲਬਮਸ ਦੇ ਇਸ ਕਰਕੇ ਕੋਈ ਉਧਰ ਨੂੰ ਜਾਂਦਾ ਨਹੀਂ ਸੀ ਬਿਲਕੁਲ ਬਿਲਕੁਲ ਨਾਲੇ ਇੱਕ ਕਲਚਰ ਵੀ ਚਾਹੀਦਾ ਨਾ ਇੱਕ ਕਲਚਰ ਹੁੰਦਾ ਆ ਜਿੱਦਾਂ ਭਈ ਕੋਈ ਹੋਰ ਵੀ ਹੋਵੇ ਕੋਈ ਸਿੰਫਨੀ ਦਾ ਵੀ ਹੋਵੇ ਕੰਮ ਕੋਈ ਹੋਰ ਬਿਲਕੁਲ ਕੋਈ ਬੰਦਾ ਸਾਜ਼ ਤਾਂ ਜਿੱਦਾਂ ਹੁਣ ਤੁਸੀਂ ਪੰਜਾਬ 'ਚ ਦੇਖੋ ਜਦੋਂ ਅਸੀਂ ਸਗੇ ਸ਼ੁਰੂ ਕੀਤਾ ਉਦੋਂ ਪੰਜਾਬ ਦੇ ਵਿੱਚ ਕੀਬੋਰਡ ਕਿੰਨੇ ਕ ਵਜਾਉਂਦੇ ਸੀ ਲੱਭਦਾ ਹੀ ਨਹੀਂ ਸੀਗਾ ਬੰਦਾ ਕਿਤੇ ਹਾਂਜੀ ਬਿਲਕੁਲ 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 ਤੇ ਹੁਣ ਤੁਸੀਂ ਦੇਖੋ ਕਿ ਕਿੰਨੇ ਹਜ਼ਾਰ ਪੰਜਾਬ ਵਿੱਚ ਹੋਣੇ ਆ ਬੱਚੇ ਜਿਹੜੇ ਕਿ ਕਮਾਲ ਦਾ ਕੀਬੋਰਡ ਵਜਾ ਰਹੇ ਆ ਕਿਉਂਕਿ ਉਹਦੀ ਡਿਮਾਂਡ ਪੈਦਾ ਹੋ ਗਈ ਹਾਂਜੀ ਬਿਲਕੁਲ ਸਹੀ ਗੱਲ ਹੈ ਇਦਾਂ ਹੀ ਤਬਲਾ ਢੋਲ ਢੋਲਕ ਜਿਹੜੇ ਖਾਨਦਾਨੀ ਲੋਕ ਸੇ ਉਹਨਾਂ ਨੇ ਆਪਣੇ ਘਰ ਤੱਕ ਹੀ ਇਹ ਸੀਮਤ ਚੀਜ਼ ਰੱਖੀ ਹੋਈ ਸੀ ਬਿਲਕੁਲ ਬਿਲਕੁਲ ਤੇ ਬਾਰ ਕੋਈ ਨਹੀਂ ਸੀ ਸਿੱਖਦਾ ਹੁਣ ਬਾਹਰੋਂ ਇੰਨੇ ਵਧੀਆ ਵਧੀਆ ਸਟੂਡੈਂਟ ਬਾਜ਼ਾ ਰਹੇ ਆ ਕਮਾਲ ਕਰ ਰਹੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਜਦੋਂ ਮੈਂ ਲੁਧਿਆਣੇ ਕੰਮ ਸ਼ੁਰੂ ਕੀਤਾ ਸੀ ਨਾ ਜੀ ਹਾਂਜੀ ਤੇ ਮੇਰੇ ਮੇਰੇ ਕੋਈ ਟੀਮ ਨਹੀਂ ਸੀ ਹੁੰਦੀ ਹੂੰ ਕੋਈ ਮਿਊਜ਼ੀਸ਼ੀਅਨ ਨਹੀਂ ਸੀ ਬਸ ਇੱਕ ਦੋ ਬੰਦੇ ਸੀਗੇ ਹਾਂ ਜੀ ਰਿਦਮ ਸੈਕਸ਼ਨ ਸੀਗਾ ਹਾਂਜੀ ਤੇ ਉਹ ਵੀ ਉਹ ਵੀ ਇੱਕ ਢੋਲਕ ਤੇ ਇੱਕ ਤਬਲਾ ਉਹ ਹਾਂਜੀ ਤਬਲੇ ਤੇ ਤਬਲੇ ਤੇ ਸਾਧਿਕ ਸਾਧਿਕ ਕੋਈ ਨਹੀਂ ਹੁੰਦੇ ਸੀ ਤੇ ਤੋ ਟੋ ਲਗਤੇ ਟਿੰਕਾ ਭਾਜੀ ਹੁੰਦੇ ਸੀਗੇ ਹਾਂਜੀ ਹਾਂਜੀ ਇਹ ਇਹ ਦੋ ਹੀ ਬੰਦੇ ਸੀ ਹੂੰ ਉਸ ਤੋਂ ਬਾਅਦ ਮਤਲਬ ਹੌਲੀ ਹੌਲੀ ਮੈਂ ਹਿੰਮਤ ਕਰਕੇ ਬੰਦੇ ਜੋੜਨੇ ਸ਼ੁਰੂ ਕੀਤੇ ਕੋਈ ਕਿਤੋਂ ਕੋਈ ਕਿਤੋਂ ਤੇ ਜਦੋਂ ਹਾਂਜੀ ਭਾਜੀ ਇੱਕ ਟੀਮ ਬਣੀ ਨਾ ਹਾਂਜੀ ਮਤਲਬ ਤੁਸੀਂ ਤੁਸੀਂ ਇਹ ਦੇਖੋ ਉਸ ਟਾਈਮ ਇੱਕ ਇਹ ਵੀ ਟ੍ਰੈਂਡ ਸੀਗਾ ਸਾਡੇ ਪੰਜਾਬ ਦੇ ਵਿੱਚ ਕਿ ਰਿਕਾਰਡਿੰਗ ਡੇਲੀ ਹੁੰਦੀ ਸੀ ਜਿਵੇਂ ਹੁਣ ਕਹਿੰਦੇ ਵਨ ਡੇ ਰਿਕਾਰਡਿੰਗ ਜਾਂ ਟੂ ਡੇ ਰਿਕਾਰਡਿੰਗ ਟਾਈਪ ਹੁੰਦਾ ਸੀ ਭੰਡੇ ਮਤਲਬ ਇੱਕ ਦਿਨ ਇੱਕ ਦਿਨ ਚ ਹੀ 8 ਗਾਣੇ ਕਰਨੇ ਆ ਤੁਸੀਂ ਇੱਕ ਸ਼ਿਫਟ ਚ ਹਾਂਜੀ 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 ਤੇ 2 ਡੇ ਰਿਕਾਰਡਿੰਗ ਹੁੰਦੀ ਸੀ ਕਿ 4 ਗਾਣੇ ਇੱਕ ਦਿਨ ਕਰ ਲਏ 4 ਗਾਣੇ ਇੱਕ ਦਿਨ ਮਤਲਬ ਜਿਹੜੀ ਥੋੜੀ ਜਿਹੀ ਵਧੀਆ ਰਿਕਾਰਡਿੰਗ ਹੁੰਦੀ ਸੀ ਉਹ 2 ਦਿਨ ਹੋ ਜਾਂਦੀ ਸੀ ਹਾਂਜੀ ਹਾਂਜੀ ਤੇ ਜਿਹੜੀ ਜਿਹੜੀ ਜ਼ਿਆਦਾ ਵਧੀਆ ਤੁਹਾਨੂੰ ਕਹਿ ਲਓ ਕਿ ਰੱਖਣਾ ਸੀ ਤੁਸੀਂ ਬਜਟ ਉਹਦਾ ਠੀਕ ਹੁੰਦਾ ਸੀ ਉਹ ਹਫ਼ਤਾਕ ਚੱਲਦੀ ਸੀ ਹਾਂ ਉਹ ਫੇ ਇੱਕ ਦਿਨ ਦਾ ਗੀਤ ਹਾਂਜੀ ਹਾਂਜੀ ਤੇ ਹਾਂ ਉਦੋਂ ਮੈਨੂੰ ਯਾਦ ਆ ਜੀ ਮੇਰੀ ਟੀਮ ਦੇ ਵਿੱਚ ਹਾਂਜੀ ਕਹਿ ਲਓ ਰਿਦਮ ਸੈਕਸ਼ਨ ਚੇਂਜ ਹੋਇਆ ਰਿਦਮ ਆਉਂਦਾ ਸੀ ਜਲੰਧਰ ਤੋਂ ਹਾਂਜੀ ਤੇ ਤਬਲਾ ਢੋਲਕ ਉਹ ਜਲੰਧਰ ਤੋਂ ਫਿਰ ਇੱਕ ਢੋਲਕ ਕੁੱਕੀ ਕੁੱਕੀ ਜੋਗੀ ਬੜਾ ਵੱਡਾ ਨਾ ਐਸ ਟਾਈਮ ਹਾਂਜੀ ਕੁੱਕੀ ਜੋਗੀ ਹਾਂਜੀ ਤੇ ਉਹ ਹੁੰਦਾ ਸੀ ਫਿਰ ਉਸ ਤੋਂ ਬਾਅਦ ਜਿਹੜਾ ਸੈਕਸੋਫੋਨ ਕਲਾਰਨੈਟ ਉਹ ਵਜਾਉਣ ਲਈ ਅੰਮ੍ਰਿਤਸਰ ਤੋਂ ਆਉਂਦੇ ਸੀ ਹਾਂਜੀ ਤੇ ਇੱਕ ਅੰਬਾਲਾ ਤੋਂ ਆਉਂਦੇ ਸੀ ਫਿਰ ਗਿਟਾਰ ਵਜਾਉਣ ਲਈ ਚੰਡੀਗੜ੍ਹ ਤੋਂ ਆਉਂਦੇ ਸੀ ਮਤਲਬ ਇਹ ਹਾਲ ਸੀਗਾ ਕਿ ਸਵੇਰੇ ਰਿਕਾਰਡਿੰਗ ਸ਼ੁਰੂ ਕੀਤੀ 10 ਵਜੇ ਸ਼ਾਮੀ 7 ਵਜੇ ਤੱਕ ਕੰਮ ਕਰਨਾ ਸਾਰਿਆਂ ਨੇ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਜਾਣਾ ਸਵੇਰੇ ਫੇਰ ਆ ਜਾਣਾ ਤੇ ਤੇ ਪੂਰੀ ਟੀਮ ਜਿਹੜੀ ਹੈ ਨਾ ਇਧਰੋਂ ਉਧਰੋਂ ਇਕੱਠੀ ਕੀਤੀ ਮੈਂ ਹਾਲਾਤ ਇਹ ਹੋ ਜਾਂਦੇ ਸੀ ਕਿ ਜਦੋਂ ਕਿਤੇ ਬਾਏ ਚਾਂਸ ਕਿਸੇ ਵਜ੍ਹਾ ਕਰਕੇ ਰਿਕਾਰਡਿੰਗ ਕੈਨਸਲ ਕਰਨੀ ਪੈ ਜਾਂਦੀ ਸੀ ਨਾ ਤੇ ਮਿਊਜ਼ੀਸ਼ੀਅਨ ਭੰਗੜਾ ਪਾ ਦਿੰਦੇ ਕਹਿੰਦੇ ਸ਼ੁਕਰ ਹੈ ਇੱਕ ਛੁੱਟੀ ਤਾਂ ਮਿਲੀ ਜਾ। ਸ਼ੁਕਰ ਹੈ। ਹਾਂ ਜੀ ਉਹ ਦੌਰ ਹੀ ਅਲੱਗ ਹੁੰਦਾ ਸੀ ਜੀ ਉਹ ਦੌਰ ਬੜਾ ਮਜ਼ੇਦਾਰ ਦੌਰ ਸੀ ਉਹ ਇੱਕ ਬੱਸਾਂ 'ਚ ਟਾਈਮ ਬਹੁਤ ਲੱਗਦਾ ਸੀ ਆਣ ਜਾਣ ਨੂੰ ਹਰ ਇੱਕ ਜਗ੍ਹਾ ਇੰਨੀ ਦੂਰ ਲੱਗਦੀ ਹੁੰਦੀ ਸੀ ਹਾਂਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਇਸ ਇਸ ਗੱਲ ਦੀ ਜੇ ਕੋਈ ਦੱਸੋ ਨਾ ਕਿ ਅਸੀਂ ਮਾਲਪੁਰ ਤੋਂ ਹਿਯਾਰਪੁਰ ਨਾ ਅਸੀਂ ਜਾਂਦੇ ਆ ਅਗਲੇ ਹੈਰਾਨ ਹੁੰਦੇ ਆ ਉਹ ਕਹਿੰਦੇ ਯਾਰ ਸੱਚੀ ਨਹੀਂ ਜਾਂਦੇ 20 ਮਿੰਟ ਲੱਗਦੇ ਆ ਹਾਂਜੀ ਉਹ ਉਹਨਾਂ ਦਾ ਉਹ ਹੁੰਦਾ ਦੇਖਦੇ ਨਾ ਪਰ ਜਿਹੜੇ ਟਾਈਮ ਅਸੀਂ ਹਾਂਜੀ ਦੇਖੇ ਹੋਏ ਨੇ ਤੁਸੀਂ ਇਹ ਦੇਖੋ ਹਾਂਜੀ ਭਾਜੀ ਮੈਂ ਜਦੋਂ ਐਂਧਗੜਾ ਆਉਂਦਾ ਸੀ ਨਾ ਰਿਕਾਰਡਿੰਗ ਦਾ ਕਿੱਸਾ ਮਤਲਬ ਐਂਧਗੜਾ ਆਉਣਾ ਪਹਿਲਾਂ ਘਰੋਂ ਸਾਈਕਲ ਚੱਕਣਾ ਹਾਂਜੀ ਸਾਈਕਲ ਚੱਕ ਕੇ ਬੱਸ ਸਟੈਂਡ ਤੇ ਆਉਣਾ ਬੱਸ ਸਟੈਂਡ ਦੇ ਸਾਈਕਲ ਸਟੈਂਡ ਤੇ ਸਾਈਕਲ ਖੜਾ ਕਰਨਾ ਉੱਥੋਂ ਬੱਸ ਲੈਣੀ ਫਿਰ ਬੱਸ ਫੜਨੀ ਹੂੰ ਬੱਸ ਫੜ ਕੇ ਲੁਧਿਆਣੇ ਬੱਸ ਸਟੈਂਡ ਉਤਰਨਾ ਹਾਂਜੀ ਤੇ ਉਥੋਂ ਉਥੋਂ ਰਿਕਸ਼ਾ ਜਾਂ ਆਟੋ ਫੜਨੀ ਸਟੂਡੀਓ ਜਾਣਾ ਬਿਲਕੁਲ ਤੇ ਕਈ ਵਾਰੀ ਬੜਾ ਮਜ਼ੇਦਾਰ ਕਿੱਸਾ ਹੁੰਦਾ ਸੀ ਜੀ ਹਾਂ ਕਿ ਜਦੋਂ ਸਾਈਕਲ ਤੇ ਸਾਈਕਲ ਤੇ ਜਾਣਾ ਹਾਂਜੀ ਤੇ ਉਹ ਦੁਕਾਨਾਂ ਜਿਹੜੀਆਂ ਅੰਦਗੜਦੀ ਹੁੰਦੀਆਂ ਸੀ ਉਹਨਾਂ ਤੇ ਵੀ ਉਹ ਗਾਣਾ ਵੱਜਦਾ ਹੁੰਦਾ ਸੀ ਜਿਹੜਾ ਮੈਂ ਕੀਤਾ ਹੁੰਦਾ ਜਿਵੇਂ ਰਵਿੰਦਰ ਗਰੇਵਾਲ ਦੀ ਐਲਬਮ ਆਈ ਸੀ ਉਦੋਂ ਨਵੀਂ ਨਵੀਂ ਹਾਂਜੀ ਉਹਦਾ ਐਵੇਂ ਰੌਲਾ ਪੈ ਗਿਆ ਉਹ ਵੀ ਤੁਸੀਂ ਬਣਾਇਆ ਸੀ ਹਾਂਜੀ 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 ਉਹ ਵੀ ਮੈਂ ਬਣਾਇਆ ਹਾਂਜੀ ਉਹ ਤਾਂ ਫੇ ਕਮਾਲ ਹੀ ਹੋਈ ਆ ਜੀ 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 ਤੇ ਉਹ ਮਤਲਬ ਜਦੋਂ ਬੱਸ 'ਚ ਬੈਣਾ ਫਿਰ ਜਦੋਂ ਬੱਸ ਵੀ ਉਹਦੇ ਗਾਣੇ ਚੱਲਦੇ ਤੇ ਮਤਲਬ ਮੈਨੂੰ ਹਾਸਾ ਆਉਂਦਾ ਸੀ ਮੈਂ ਕਹਾ ਦੇਖ ਲਓ ਆ ਗਾਣੇ ਚੱਲਦੇ ਆ ਆ ਮਿਊਜ਼ਿਕ ਡਾਕਟਰ ਦੇਖ ਲਓ ਮੈਂ ਕਹਾ ਸਾਈਕਲਾਂ ਤੇ ਫਿਰਦਾ ਤੇ ਪਰ ਉਹ ਇੱਕ ਇੱਕ ਅਲੱਗ ਮਜ਼ਾ ਹੁੰਦਾ ਸੀ ਉਸ ਚੀਜ਼ ਦਾ ਹਾਂਜੀ ਜੀ ਮੰਡੀ ਅਹਿਮਦਗੜ੍ਹ ਦੀ ਮੈਨੂੰ ਇੱਕ ਹੋਰ ਯਾਦ ਆ ਹਾਂਜੀ ਕਿ ਸਾਡੇ ਪਾਪਾ ਜੀ ਪਿੰਡੋਂ ਨਾ ਪੇਠੇ ਭੇਜਦੇ ਹੁੰਦੇ ਸੀ ਵੱਖ-ਵੱਖ ਮੰਡੀਆਂ 'ਚ ਅੱਛਾ ਜੀ ਅੱਛਾ ਜੀ ਤੇ ਜੇ ਤਾਂ ਹੁਣ ਇਹ ਗੱਡੀ ਚੋਗੇ ਹੂੰ ਹੂੰ ਟਰੱਕ ਜੋ ਅੱਗੇ ਤੇ ਫੇਰ ਤਾਂ ਗੱਡੀ ਦਿੱਲੀ ਨੂੰ ਭੇਜ ਦੇਣੀ ਹਾਂਜੀ ਤੇ ਸਾਡੇ ਇੱਕ ਚਾਚਾ ਜੀ ਹੁੰਦੇ ਸੀ ਚਾਚਾ ਹਜ਼ਾਰਾ ਸਿੰਘ ਹੁਣੀ ਉਹ ਲੈ ਕੇ ਜਾਂਦੇ ਹੁੰਦੇ ਸੀਗੇ ਉਹਨਾਂ ਦਾ ਸਮਾਨ ਤੇ ਕਈ ਵਾਰੀ ਨਾ ਉਹਨਾਂ ਨੇ ਕੀ ਕਰਨਾ ਇੱਕ 4 ਵੀਲਰ ਜਿਆ ਨਹੀਂ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ ਹਾਂਜੀ 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 ਤੇ ਫੋਰ ਵੀਲਰ ਜਾਂ ਪੇਠਿਆਂ ਦਾ ਭਰ ਕੇ ਤੇ ਹਜ਼ਾਰਾਂ ਸੰਘੂ ਨਹੀਂ ਲੈ ਜਾਣਾ ਤੇ ਉਹਨਾਂ ਨੇ ਮੁੜ ਕੇ ਆ ਕੇ ਸਾਨੂੰ ਦੱਸਣਾ ਮੈਂ ਇੰਨੇ ਕੁਇੰਟਲ ਉੱਚੋਂ ਮੰਡੀ ਅਹਿਮਦਗੜ ਵੇਚਤੇ ਮੈਂ ਇੰਨੇ ਮਲੋਟ ਵੇਚਤੇ ਮੈਂ ਇੰਨੇ ਭਲਾ ਉਹ ਦੌਰ ਹੀ ਬੜਾ ਤੇ ਸਾਨੂੰ ਇਹ ਨਾਮ ਹੀ ਇਹ ਨਾਮ ਹੀ ਹੁੰਦੇ ਸੀ ਦੂਰ ਦੂਰ ਦੇ ਅਸੀਂ ਸੋਚਣਾ ਯਾਰ ਕਦੇ ਮਲੋਟ ਵੀ ਦੇਖਾਂਗੇ ਜ਼ਿੰਦਗੀ ਚ ਹਾਂਜੀ ਹਾਂ ਬਿਲਕੁਲ ਬਿਲਕੁਲ ਇਹ ਪੰਜਾਬ ਤਾਂ ਬਹੁਤ ਬਦਲ ਗਿਆ ਜੀ ਬਹੁਤ ਬਦਲ ਗਿਆ ਹੁਣ ਪੰਜਾਬ ਪਹਿਲਾ ਵਾਲਾ ਪੰਜਾਬ ਨਹੀਂ ਰਿਹਾ ਹੁਣ ਦੁਨੀਆ ਹੀ ਬਦਲ ਗਈ ਜੀ ਇੱਕ ਜਿਹੜਾ ਹੁਣ ਸੰਗੀਤ ਚ ਨਹੀਂ ਘਰਾਣੇ ਹੈ ਹਾਂਜੀ ਜੀ ਬਿਲਕੁਲ ਤੇ ਜੇ ਪੁਰਾਣੇ ਜ਼ਮਾਨੇ ਦੇ ਵਿੱਚ ਇੰਨੀ ਆਵਾਜ਼ ਆਈ ਹੁੰਦੀ ਤਾਂ ਘਰਾਣੇ ਬਣਨੇ ਹੀ ਨਹੀਂ ਸਕੇ ਜੀ ਆ ਇਹ ਵੀ ਗੱਲ ਸਹੀ ਹੈ ਇਹ ਵੀ ਇਹ ਬਾਕੀ ਆਪਣਾ ਆਪਣਾ ਇੱਕ ਜਿਹੜਾ ਸਟਾਈਲ ਡਵੈਲਪ ਹੋਇਆ ਹਾਂਜੀ ਤੇ ਉਹ ਵੀ ਆਪਣੀ ਉਹ ਵੀ ਉਹ ਗੱਲ ਉਹੀ ਆ ਜਾਂਦੀ ਆ ਖਿਆਲ ਦੀ ਉਡਾਨ ਹੈ ਜੀ ਹਾਂਜੀ ਜਿੱਦਾਂ ਤੋੜੀ ਤੋੜੀ ਰਾਗ ਹਾਂਜੀ ਮੀਆਂ ਕੀ ਤੋੜੀ ਕਹਿੰਦੇ ਨੇ ਆ ਮੀਆਂ ਤਾਨ ਸਿੰਘ ਉਹਨਾਂ ਨੇ ਬਣਾਇਆ ਹਾਂਜੀ ਇੱਕ ਰਾਗ ਹੈਗਾ ਬਿਲਾਸ ਖਾਨੀ ਤੋੜੀ ਹਾਂਜੀ ਹੁਣ ਉਹਦੇ ਚ ਦੇਖੋ ਸੁਰ ਸਾਰੇ ਭੈਰਵੀ ਦੇ ਲੱਗਦੇ ਨੇ ਹਾਂਜੀ ਸਾਰੇ ਭੈਰਵੀ ਦੇ ਲੱਗਦੇ ਨੇ ਰੇਗਾਧਾਨੀ ਕੋਮਲ ਇਹ ਇਹ ਸੁਰ ਲੱਗਦੇ ਨੇ ਹਾਂਜੀ ਤੇ ਲੇਕਿਨ ਉਹਦਾ ਚਲਨ ਜਿਹੜਾ ਹੈ ਉਹ ਤੋੜੀ ਰਾਗ ਦਾ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਉਹ ਬਿਲਾਸ ਖਾਨ ਉਹਨਾਂ ਦੀ ਆਪਣੀ ਸੋਚ ਸੀ ਹਾਂਜੀ ਬਿਲਾਸ ਖਾਨ ਮੀਆਂ ਤਾਨ ਮੀਆਂ ਤਾਨ ਸਿੰਘ ਦੇ ਪੁੱਤਰ ਸੀ ਹਾਂਜੀ ਬਿਲਾਸ ਖਾਨ ਹਾਂਜੀ ਤੇ ਉਹਨਾਂ ਨੇ ਉਹਨੂੰ ਉਹ ਪੈਰਵੀ ਦੇ ਸੁਰ ਲੈ ਕੇ ਉਹਨਾਂ ਨੇ ਤੋੜੀ ਦਾ ਚਲਨ ਦੇ ਕੇ ਉਹਨਾਂ ਨੇ ਆਪਣਾ ਇੱਕ ਰਾਗ ਡਵੈਲਪ ਕਰ ਲਿਆ ਜਿਹਦਾ ਨਾਮ ਪੈ ਗਿਆ ਜੀ ਬਿਲਾਸ ਖਾਨੀ ਤੋੜੀ ਬਿਲਕੁਲ ਬਿਲਕੁਲ ਸੋ ਮਤਲਬ ਆਪਣੀ ਜਿਹੜਾ ਖਿਆਲ ਆ ਖਿਆਲ ਦੀ ਉਡਾਨ ਹੈ ਖਿਆਲ ਦੀ ਉਡਾਨ ਹੈ ਜੀ ਇੱਕ ਰਈਸ ਖਾਨ ਹੋਣਾ ਨੇ ਇੱਕ ਪਰਫਾਰਮੈਂਸ ਦਿੱਤੀ ਹੋਈ ਆ ਜੀ ਪੈਰਵੀ ਰਾਗ ਦੀ ਅੱਛਾ ਜੀ ਅੱਛਾ ਜੀ ਜਦਾਂ ਬਿਲਾਸ ਖਾਨੀ ਤੋੜੀ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਪੈਰਵੀ ਦੇ ਸੁਰ ਆ ਹਾਂਜੀ ਜੀ 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 ਤੇ ਉਹ ਜਿਸ ਬੰਦੇ ਨੂੰ ਨਾ ਤੋੜੀ ਦਾ ਸੁਭਾਅ ਪਤਾ ਆ ਹਾਂਜੀ 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 ਜਿਹਦੇ ਮਨ ਚ ਇੰਨਾ ਪਿਆ ਹੈ ਕਿ ਮੈਂ ਪੈਰ ਵੀ ਨਹੀਂ ਇਹਨੂੰ ਬਣਨ ਦੇਣਾ ਇਹਦੇ ਵਿੱਚ ਨੀ ਕੋਮਲ ਲਾ ਕੇ ਵੀ ਹੂੰ ਇਹਦੇ ਵਿੱਚ ਮੈਂ ਮਾਂ ਕੋਮਲ ਲਾ ਕੇ ਵੀ ਸ਼ੁੱਧ ਮਾਂ ਲਾ ਕੇ ਵੀ ਹੂੰ ਇਹਨੂੰ ਇਹਨੂੰ ਪੈਰ ਵੀ ਨਹੀਂ ਬਣਨ ਦੇਣਾ ਹਾਂਜੀ ਹੂੰ ਇਸੇ ਤਰੀਕੇ ਨਾਲ ਇੱਕ ਰਈਸਖਾਨ ਹੋਣਾ ਨੇ ਪੈਰ ਵੀ ਵਜਾਇਆ ਹੋਇਆ ਜੀ ਅੱਛਾ ਜੀ ਤੇ ਉਹਨਾਂ ਨੇ ਸਾਰੀ ਪਰਫਾਰਮੈਂਸ ਦੇ ਵਿੱਚ ਉਹਦੇ ਵਿੱਚ ਰੇ ਕੋਮਲ ਨਹੀਂ ਲਾਈ ਅੱਛਾ ਕਿਆ ਬਾਤ ਪਰ ਉਹ ਤੁਹਾਨੂੰ ਕੀ ਹੈ ਕਿ ਜਦੋਂ ਰੇ ਸ਼ੁੱਧ ਲਾ ਕੇ ਵੀ ਆਂਦੇ ਆ ਤੇ ਤੁਹਾਨੂੰ ਇਦਾਂ ਹੀ ਲੱਗਦਾ ਪਈ ਹੁਣ ਯਾਰ ਇਹ ਕੋਮਲ ਕਿਤੇ ਹੈਗੀ ਆ ਇੱਥੇ ਪਏ ਲੱਗਣੀ ਹਾਂਜੀ ਬਿਲਕੁਲ ਇੱਕ ਤੁਹਾਡੇ ਮਨ ਚ ਹੀ ਉਹ ਲਗਵਾ ਦਿੱਤੀ ਹਾਂ ਉਹੀ ਗੱਲ ਹੈ ਨਾ ਕਿ ਇੱਕ ਕਲਾਕਾਰ ਦੀ ਉਡਾਨ ਹੁੰਦੀ ਆ ਫਿਰ ਸੋਚਦੀ ਉਡਾਨ ਆ ਹਾਂਜੀ ਹਾਂ ਹਾਂ ਪਰ ਇਹ ਗੱਲ ਆ ਕਿ ਇਥੇ ਇਥੇ ਸਰੋਤੇ ਵੀ ਸਿੱਖੇ ਹੋਏ ਚਾਹੀਦੇ ਆ ਬਹੁਤ ਇਹ ਤਾਂ ਹੈ ਜੀ ਮੈਂ ਕਲਾਸ ਦੇ ਵਿੱਚ ਨਾ ਗੱਲ ਕਰਦਾ ਹੁੰਦਾ ਕਈ ਵਾਰੀ ਕਿ ਗੁਰੂ ਜੀ ਤੋਂ ਇਹ ਚੀਜ਼ਾਂ ਸਿੱਖੀਆਂ ਸੀ ਹਾਂਜੀ ਇਦਾਂ ਹੁਣ ਤੁਸੀਂ ਹੁਣੇ ਗੱਲ ਕੀਤੀ ਸਰੋਤੇ ਵੀ ਸਿੱਖੇ ਹੋਏ ਚਾਹੀਦੇ ਆ ਮੈਂ ਬੱਚਿਆਂ ਨੂੰ ਕਹਿੰਦਾ ਨਾ ਮੈਂ ਕਹਾਂ ਤੁਸੀਂ ਮੈਨੂੰ ਇਹ ਦੱਸੋ ਕਲਾਸਿਕਲ ਸੰਗੀਤ ਜਿਹੜਾ ਸੰਗੀਤ ਹੈ ਕਲਾਸਿਕਲ 뮤직 ਹਾਂਜੀ ਇਹਨੂੰ ਸ਼ਾਸਤਰੀ ਸੰਗੀਤ ਕਿਉਂ ਕਿਹਾ ਜਾਂਦਾ ਹੈ ਹਾਂਜੀ ਮੈਂ ਕਹਾਂ ਦੇਖੋ ਜਦੋਂ ਆਪਾਂ ਕੋਈ ਗੇਮ ਖੇਡਦੇ ਆ ਹਾਂਜੀ ਠੀਕ ਹੈ ਜੀ ਆਪਾਂ ਮੰਨ ਲਓ ਕੋਈ ਨਵੀਂ ਗੇਮ ਖੇਡਣ ਲੱਗੇ ਹਾਂ ਜੀ ਆਪਾਂ ਆਪੋ ਆਪਣੀ ਸੋਚ ਕੋਈ ਬਣਾ ਲਈ ਵੀ ਆਏ ਖੇਡਦੇ ਚੱਲ ਆਪਾਂ ਐਂ ਕਰਦੇ ਆਂ ਆ ਇਹਨੂੰ ਆਪਾਂ ਗੇਮ ਮੰਨ ਲੈਂਦੇ ਆਂ ਜੀ ਹਾਂ ਜੀ ਉਹਦੇ ਫਿਰ ਆਪਾਂ ਉਹਦੇ ਫਿਰ ਆਪਾਂ ਕੁਝ ਰੂਲ ਬਣਾ ਲੈਨੇ ਆਂ ਵੀ ਜੇ ਐਂ ਕੀਤਾ ਤਾਂ ਫਾਉਲ ਮੰਨਿਆ ਜਾਊਗਾ ਜੇ ਇਦਾਂ ਕੀਤਾ ਤਾਂ ਫਾਉਲ ਮੰਨਿਆ ਜਾਊਗਾ ਉਹ ਆਪਾਂ ਉਹਦੇ ਰੂਲ ਬਣਾ ਲੈਂਦੇ ਆਂ ਬਿਲਕੁਲ ਮੈਂ ਕਿਹਾ ਮੈਂ ਕਿਹਾ ਇਦਾਂ ਹੀ ਜਿਹੜਾ ਲੋਕ ਸੰਗੀਤ ਹੈ ਲੋਕ ਸੰਗੀਤ ਦੇ ਵਿੱਚ ਕੁਝ ਜਿਹੜੇ ਇੰਟੈਲੈਕਚੁਅਲ ਬੰਦੇ ਸੀਗੇ ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੇ ਸੋਚ ਲਿਆ ਵੀ ਆਪਾਂ ਇਦਾਂ ਇਦਾਂ ਆਹ ਸੁਰ ਲਾਣੇ ਨੇ ਤਾਂ ਉਹ ਗੱਲਾਂ ਗੱਲਾਂ ਹੁੰਦੀਆਂ ਗਈਆਂ ਹੁੰਦੀਆਂ ਗਈਆਂ ਖੋਜ ਹੁੰਦੀ ਗਈ ਤੇ ਉਹ ਨਾਲ ਇੱਕ ਪੂਰਾ ਕਹਿ ਲੋ ਕਿ ਇੱਕ ਗ੍ਰੰਥ ਬਣ ਗਿਆ ਸ਼ਾਸਤਰ ਬਣ ਗਿਆ ਹਾਂਜੀ ਮਿਊਜ਼ਿਕ ਦਾ ਸ਼ਾਸਤਰ ਬਣ ਗਿਆ ਮੈਂ ਕਹਾ ਹੁਣ ਜਿਹੜਾ ਸੰਗੀਤ ਸ਼ਾਸਤਰ ਦੇ ਮੁਤਾਬਕ ਗਾਇਆ বাজਾਇਆ ਜਾਂਦਾ ਹੈ ਹਾਂਜੀ ਉਹਨੂੰ ਸ਼ਾਸਤਰੀ ਸੰਗੀਤ ਕਹਿੰਦੇ ਆ ਮੈਂ ਕਹਾ ਇਸੇ ਕਰਕੇ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਕਲਾਸਿਕਲ ਮਿਊਜ਼ਿਕ ਦੀ ਕਿਉਂਕਿ ਉਹਨੂੰ ਸ਼ਾਸਤਰ ਦੇ ਬਾਰੇ ਪਤਾ ਨਹੀਂ ਹੈ ਹਾਂ ਉਹ ਥੋੜਾ ਜਿਹਾ ਜ਼ਿਆਦਾ ਆਨੰਦ ਲੈ ਸਕਦਾ ਵੈਸੇ ਯਾਨੀ ਕਿ ਉਦਾਂ ਚਾਹੀਦਾ ਤਾਂ ਇਹ ਹੈ ਕਿ ਜਿਹੜਾ ਸੰਗੀਤ ਐਂਡ ਦੇ ਵਿੱਚ ਉਹ ਬਣਿਆ ਤਾਂ ਆਨੰਦ ਲਈ ਆ ਨਾ ਜੀ ਬਿਲਕੁਲ ਬਿਲਕੁਲ ਯਾਨੀ ਕਿ ਉਦਾਂ ਹੈਰਾਨੀ ਦੀ ਗੱਲ ਇਹ ਆ ਜਦ ਕਿਸੇ ਨੂੰ ਦੱਸੀਦਾ ਉਹ ਕਹਿੰਦੇ ਜੀ ਪੱਕੇ ਰੂਲ ਅਸੀਂ ਕਹਿੰਦਾ ਨਹੀਂ ਨਹੀਂ ਯਾਰ ਪੱਕੇ ਨਹੀਂ ਰੂਲ ਹੈ ਪਈ ਉਹ ਵੀ ਬੈਂਡ ਹੋ ਜਾਂਦਾ ਅਗਲਾ ਕਹਿੰਦਾ ਯਾਰ ਨਾਲੇ ਤੁਸੀਂ ਕਹੀ ਜਾਂਦੇ ਆ ਇਹਦੇ ਰੂਲ ਆ ਨਾਲੇ ਕਹੀ ਜਾਂਦੇ ਹੋ ਟੁੱਟ ਵੀ ਜਾਂਦੇ ਆ ਇਹ ਕੋ ਗਲਤ ਆ ਬਣਦੀ ਨਹੀਂ ਇਹ ਜੀ ਬੜੇ ਚੀਜ਼ ਸਾਹਿਬ ਸਾਲੋਂ ਸਾਲ ਸਿੱਖ ਕੇ ਫਿਰ ਆਉਂਦੀਆਂ ਹਾਂਜੀ ਬਿਲਕੁਲ ਬਿਲਕੁਲ ਭਾਜੀ ਪਰ ਇੱਥੇ ਇੱਕ ਹੋਰ ਬੜੀ ਮਜ਼ੇਦਾਰ ਜਿਹੜੀ ਗੱਲ ਹੈਗੀ ਆ ਉਹ ਇਹ ਆ ਹਾਂਜੀ ਕਿ ਆਮ ਤੌਰ ਤੇ ਆਪਣੇ ਪੰਜਾਬ ਚ ਕਹ ਲਓ ਖਾਸ ਕਰਕੇ ਆਪਣੇ ਇੰਡੀਆ ਇੰਡੀਆ ਦੀ ਗੱਲ ਕਰਦੇ ਆ ਜਿਹੜੇ ਥੋੜਾ ਜਿਹਾ ਸਿੱਖੇ ਹੁੰਦੇ ਨੇ ਨਾ ਹਾਂਜੀ ਜਿਨ੍ਹਾਂ ਨੇ ਕਲਾਸਿਕਲ 뮤జిక్ ਸਿੱਖਿਆ ਹੁੰਦਾ ਉਥੇ ਕੋਈ ਉਹਨਾਂ ਨੂੰ ਕੋਈ ਸਾਡੇ ਵਰਗਾ ਬੰਦਾ ਮਿਲ ਜਵੇ ਜਿਹੜਾ ਲੋਕ ਲੋਕ ਗੀਤ ਗਾਉਣ ਵਾਲਾ ਬੰਦਾ ਜਾਂ ਆਪਣਾ ਟ੍ਰੈਡੀਸ਼ਨਲ ਗਾਉਣ ਵਾਲੇ ਨੇ ਹਾਂਜੀ ਕਲਾਸਿਕਲ ਸਿੱਖੇ ਫਿਰ ਉਹਨੂੰ ਪੁੱਛ ਲੈਂਦੇ ਆ ਵੀ ਕਲਾਸਿਕਲ ਆਤਾ ਏ ਤੋਵੇਂ ਹਾਂ ਸਿੱਖਿਆ ਕਲਾਸਿਕਲ ਇਹ ਪਹਿਲੀ ਉਹਨਾਂ ਦੀ ਗੱਲ ਹੁੰਦੀ ਹੈ ਵੀ ਤੈਨੂੰ ਕੁਝ ਮਾੜਾ ਮੋਟਾ ਆਉਂਦਾ ਹਾਂਜੀ ਇੱਕ ਮੈਂ ਜਿਹੜੀ ਸਾਨੂੰ ਗੁਰੂ ਜੀ ਨੇ ਦੱਸੀ ਗੱਲ ਉਹੀ ਮੈਂ ਅੱਗੇ ਵੰਡਦਾ ਹਾਂ ਬੜੀ ਮਜ਼ੇਦਾਰ ਗੱਲ ਆ ਭਾਜੀ ਇਹ ਕਿ ਕਲਾਸੀਕਲ ਸੰਗੀਤ ਜਿਹੜਾ ਸ਼ਾਸਤਰੀ ਸੰਗੀਤ ਹਾਂਜੀ ਉਹ ਲੋਕ ਸੰਗੀਤ ਦੇ ਵਿੱਚੋਂ ਨਿਕਲਿਆ ਹੋਇਆ ਹੈ ਲੋਕ ਸੰਗੀਤ ਪਹਿਲਾਂ ਆਇਆ ਹਾਂਜੀ ਤੇ ਕਲਾਸੀਕਲ ਸੰਗੀਤ ਬਾਅਦ ਚ ਆਇਆ ਬਾਅਦ ਚ ਆਇਆ ਹਾਂਜੀ ਤੁਸੀਂ ਹੁਣ ਟੀਵੀ ਪ੍ਰੋਗਰਾਮ ਦੇ ਵਿੱਚ ਬਹੁਤ ਜਿਹੜਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਜੀ ਕਿ ਉਹਦੀ ਸ਼ੁਰੂਆਤ ਤੋਂ ਤੁਸੀਂ ਉਹਦੇ ਨਾਲ ਤੁਰੇ ਆ ਹਮ ਹਮ ਤੇ ਉਹਦੇ ਵਿੱਚ ਕੁਝ ਦੱਸੋ ਕੋਈ ਕੋਈ ਇੰਟਰਸਟਿੰਗ ਕਿੱਸੇ ਹੋਏ ਹੋਣ ਇੱਕ ਦੋ ਇੰਟਰਸਟਿੰਗ ਕਿਸੇ ਦਾ ਉੱਥੇ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਸੀ ਜੀ ਹੁਣ ਐਕਚੁਅਲੀ ਹਰ ਸੀਜ਼ਨ ਦੇ ਵਿੱਚ ਕੋਈ ਨਾ ਕੋਈ ਐਸੀ ਗੱਲ ਹੁੰਦੀ ਹੈ ਹਾਂਜੀ ਕਈ ਵਾਰੀ ਬੱਚੇ ਨਾ ਬੜੇ ਸਮਾਰਟ ਹੁੰਦੇ ਨੇ ਮਤਲਬ ਸਿਚੁਏਸ਼ਨ ਉੱਥੋਂ ਸਿੱਖਦੇ ਵੀ ਬਹੁਤ ਆ ਹਾਂਜੀ ਉਹ ਮੰਚ ਐਸਾ ਮੰਚ ਹੈ ਉੱਥੇ ਬੱਚੇ ਸਿੱਖਦੇ ਆ ਮੇਰੇ ਮੇਰੇ ਇੱਕ ਕਿੱਸਾ ਯਾਦ ਹੈ ਹਾਂਜੀ ਇੱਕ ਆ ਪਾਰਟਿਸਪੈਂਟ ਸੀ ਜੀ ਅੱਜ ਕੱਲ ਉਹ ਬੜੀ ਅੱਛੀ ਸਿੰਗਰ ਹੈ ਹਾਂਜੀ ਜੰਮੂ ਤੋਂ ਹਾਂਜੀ ਉਹਦਾ ਨਾਮ ਸੀ ਸੋਨਾਲੀ ਹੂੰ ਤੇ ਉਹ ਸੁਨਾਲੀ ਜਮੂਤੋਂ ਆਈ ਉਹਦੀ ਐਂਟਰੀ ਹੋਈ ਜੀ ਐਂਟਰੀ ਤੇ ਪਹਿਲਾ ਹੀ ਉਹਨੇ ਗਾਣਾ ਗਾਣਾ ਸੀ ਬੜਾ એનਰਜੈਟਿਕ ਗਾਣਾ ਸਾਹਮਣੇ ਜੱਜ ਬੈਠੇ ਨੇ ਮਾਸਟਰ ਸਲੀਮ ਉਹ ਨਹੀਂ ਬੈਠੇ ਨੇ ਹਾਂਜੀ ਉਹਨੇ ਗਾਣਾ ਸ਼ੁਰੂ ਕੀਤਾ ਨਹੀਂ ਅੱਜ ਕੋਈ ਜੋਗੀ ਆਵੇ ਇਹ ਵਾਲਾ ਗਾਣਾ ਸ਼ੁਰੂ ਕੀਤਾ ਨਹੀਂ ਅੱਜ ਕੋਈ ਜੋਗੀ ਆਵੇ ਹਾਂਜੀ ਤੇ ਪਹਿਲੇ ਅੰਤਰੇ ਤੱਕ ਜਾਂਦੇ ਜਾਂਦੇ ਉਹ ਜਿਵੇਂ ਕਈ ਵਾਰੀ ਹੋ ਜਾਂਦਾ ਨਾ ਤੁਸੀਂ ਸਟੇਜ ਤੇ ਹੋ ਤੇ ਤੁਹਾਡਾ ਬਿਲਕੁਲੀ ਬਲੈਂਕ ਹੋ ਜਾਂਦਾ ਦਿਮਾਗ ਹਾਂਜੀ ਉਏ ਤਾਂ ਹੋਇਆ ਭੁੱਲ ਗਈ ਹਾਂ ਨਹੀਂ ਪਤਾ ਹਾਂ ਅੱਛਾ ਅੱਛਾ ਮੈਨੂੰ ਤਾਂ ਪਤਾ ਲੱਗਿਆ ਵੀ ਭੁੱਲ ਗਈ ਕਿਉਂਕਿ ਤਿਆਰੀ ਮੈਂ ਕਰਾਈ ਹੋਈ ਸੀ ਲੇਕਿਨ ਉਸ ਕੁੜੀ ਦੀ ਇੱਕ ਕਮਾਲ ਦੀ ਗੱਲ ਉਹ ਉਸ ਕੁੜੀ ਨੇ ਨਾ ਕੁੜੀ ਨੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੈਂ ਭੁੱਲ ਗਈ ਉਹ ਕਹਿੰਦੀ ਸਰ ਜਜੇਜ਼ ਨੂੰ ਮੁਖਾਤਿਬ ਹੋ ਕੇ ਕਿ ਕਹਿੰਦੀ ਕਿਉਂਕਿ ਸਾਰੇ ਜਿਹੜੇ ਤਾੜੀਆਂ ਮਾਰ ਰਹੇ ਸੀ ਮਾਹੌਲ ਬੜਾ ਮਤਲਬ ਕਹਿ ਲੋ ਕਿ ਐਨਰਜੈਟਿਕ ਮਾਹੌਲ ਬਣਿਆ ਹੋਇਆ ਸੀਗਾ ਹਾਂਜੀ ਤੇ ਉਹਨਾਂ ਰੁੱਕ ਕੇ ਕਹਿੰਦੀ ਕਹਿੰਦੀ ਸਰ ਮੈਂ ਸੋਚ ਰਹੀ ਸੀ ਤੁਸੀਂ ਪਲੀਜ਼ ਜੇ ਸਾਰੇ ਜਣੇ ਉੱਠ ਕੇ ਆ ਜਾਓ ਮੰਚ ਤੇ ਆ ਜਾਓ ਤਾਂ ਆਪਾਂ ਇਕੱਠੇ ਡਾਂਸ ਕਰੀਏ ਤੇ ਤੁਸੀਂ ਮੇਰੇ ਨਾਲ ਪਰਫਾਰਮ ਕਰੋ ਤੇ ਉਹ ਜਿੰਨੀ ਦੇਰ ਨੂੰ ਉਹ ਜਿੰਨੀ ਦੇਰ ਨੂੰ ਉੱਠ ਕੇ ਸਾਰੇ ਜੱਜ ਉਹਦੇ ਕੋਲ ਪਹੁੰਚੇ ਉਨੀ ਦੇਰ ਨੂੰ ਲਾਈਨਾਂ ਯਾਦ ਆ ਗਈ ਉਹਦੇ ਚਲੋ ਜੀ ਉਹਨੇ ਗਾਣਾ ਐਸਾ ਗਾਇਆ ਕਿ ਮਤਲਬ ਉਹਨੂੰ ਉਸ ਪਰਫਾਰਮੈਂਸ ਤੇ ਸਟੈਂਡਿੰਗ ਓਵੇਸ਼ਨ ਮਿਲੀ ਹਾਂਜੀ ਹਾਂ ਸੋ ਮੈਂ ਉਹਨੂੰ ਬਾਅਦ ਦੇ ਵਿੱਚ ਨਾ ਮਿਲਿਆ ਮੈਂ ਸ਼ਾਬਾਸ਼ੀ ਦਿੱਤੀ ਮੈਂ ਕਿਹਾ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੂੰ ਸਿਚੁਏਸ਼ਨ ਨੂੰ ਜਿਸ ਤਰੀਕੇ ਨਾਲ ਤੂੰ ਹੈਂਡਲ ਕੀਤਾ ਹਾਂ ਪ੍ਰੈਜ਼ੈਂਸ ਆਫ ਮਾਈਂਡ ਮੈਂ ਕਹਾ ਤੇਰੀ ਇਸ ਤਰ੍ਹਾਂ ਦੀ ਸੀ ਕਿ ਜਿਸ ਤਰੀਕੇ ਨਾਲ ਹੈਂਡਲ ਕੀਤਾ ਕਿ ਕਿਸੇ ਨੂੰ ਜਜਮੈਂਟ ਨਹੀਂ ਹੋਈ ਕਿ ਤੂੰ ਗਾਣਾ ਭੁੱਲ ਗਈ ਸੀ ਇਹ ਕਹਿੰਦੀ ਸਰ ਮੈਂ ਮੈਂ ਬਲੈਂਕ ਹੋ ਗਈ ਸੀ ਸਰ ਮੈਨੂੰ ਯਾਦ ਹੀ ਨਹੀਂ ਰਿਹਾ ਕਮਾਲ ਮੈਂ ਲਾਈਨਾਂ ਹੀ ਭੁੱਲ ਗਈ ਹਾਂ ਕਮਾਲ ਪਰ ਮੈਨੂੰ ਇਹਦੇ ਨਾਲ ਦੀਆਂ ਦੋ ਗੱਲਾਂ ਯਾਦ ਆਈਆਂ ਜੀ ਜੀ ਇੱਕ ਤਾਂ ਮੈਂ ਆਪਣੀ ਗੱਲ ਦੱਸਦਾ ਕਿ ਕਈ ਵਾਰੀ ਨਾ ਮੈਨੂੰ ਮਨਮੋਹਣਾ ਨੇ ਵੀ ਗੱਲ ਦੱਸੀ ਕਮਲ ਨੇ ਵੀ ਦੱਸੀ ਆ ਤੇ ਮੇਰੇ ਨਾਲ ਆਪ ਵੀ ਹੋਈ ਜੇ ਇਹ ਗੱਲ ਕਈ ਵਾਰ ਓਕੇ ਕਿ ਮਿਊਜ਼ਿਕ ਮੁੱਕ ਜਾਂਦਾ ਸਟੇਜ ਤੇ ਹਾਂਜੀ ਹਾਂਜੀ ਬਿਲਕੁਲ ਤੋੜਾ ਵੀ ਹੋਣ ਲੱਗ ਪੱਜਣ ਲੱਗ ਪੈਂਦਾ ਯਾਨੀ ਕਿ ਮੈਂ ਸਕਿੰਟਾਂ ਦੀ ਗੱਲ ਕਰ ਰਿਹਾ ਹਾਂ ਹੁਣ ਇੰਟ ਚ ਹਾਂਜੀ ਤੇ ਬੰਦਾ ਮਾਈਕ ਵੱਲ ਨੂੰ ਜਾਣ ਵੀ ਲੱਗ ਪੈਂਦਾ ਪਰ ਉਹਨੂੰ ਪਤਾ ਨਹੀਂ ਹੁੰਦਾ ਮੈਂ ਅੱਗੇ ਬੋਲਣਾ ਕੀ ਬਿਲਕੁਲ ਸਹੀ ਗੱਲ ਹੈ ਤੇ ਜਦੋਂ ਪਰ ਅਚਾਨਕ ਇੱਕਦਮ ਦਿਮਾਗ ਇੱਕਦਮ ਉਹ ਕਿਉਂਕਿ ਦਿਮਾਗ ਕੋਈ ਹੋਰ ਚੀਜ਼ ਸੋਚਣ ਲੱਪੈਂਦਾ ਲੋਕਾਂ ਵੱਲ ਨਜ਼ਰ ਚਲ ਜਾਂਦੀ ਆ ਜਾਂ ਕੁਝ ਹੋਰ ਉਹਦੇ ਚੋਂ ਨਿਕਲ ਜਾਂਦਾ ਇੱਕਦਮ ਹਾਂਜੀ ਤੇ ਪਰ ਉਹ ਜਦੋਂ ਇੱਕਦਮ ਫੇਰ ਉਹਦੇ ਵਿੱਚ ਪੈਂਦਾ ਤੇ ਉਹ ਨੂੰ ਪਤਾ ਹੁੰਦਾ ਵੀ ਮੈਂ ਕਿਹੜਾ ਤੇਜ ਖੋਲਿਆ ਸੀ ਉਹ ਸਾਨੂੰ ਆਸ ਹੁੰਦੀ ਆ ਕਿ ਉਹ ਪੇਜ ਖੁੱਲ ਜਾਊਗਾ ਟਾਈਮ 'ਤੇ ਇਹ ਦੇਖੋ ਜੀ ਇਹ ਵੀ ਰੱਬ ਦਾ ਕੰਪਿਊਟਰ ਹੈ ਬੰਦਾ ਤੁਸੀਂ ਦੇਖੋ ਇਹਦਾ ਇਹਦਾ ਕਨੈਕਸ਼ਨ ਜਦੋਂ ਥੋੜਾ ਜਿਹਾ ਡਿਸਟਰੈਕਟ ਹੁੰਦਾ ਜਦੋਂ ਥੋੜਾ ਜਿਹਾ ਧਿਆਨ ਹਟਦਾ ਤੇ ਨਾਲ ਹੀ ਉਹ ਭੁੱਲ ਜਾਂਦਾ ਉਹ ਲਾਈਨਾਂ ਤਾਂ ਹੀ ਬਾਸ਼ ਹੁੰਦੀਆਂ ਨੇ ਹਾਂ ਤਾਂ ਹੀ ਜਾਂਦੀਆਂ ਤੇ ਮੈਨੂੰ ਇਹਦੇ ਨਾਲ ਦੀ ਇੱਕ ਗੱਲ ਸਰਜੀਤ ਬਿੰਦ ਰੱਖੀ ਆ ਉਹਨਾਂ ਦੀ ਯਾਦ ਆ ਤੇ ਉਹਨਾਂ ਦਾ ਨਾ ਇੱਕ ਵਾਰ ਬਹੁਤ ਲੇਟ ਪ੍ਰੋਗਰਾਮ ਹੋ ਗਿਆ ਬਹੁਤ ਯਾਨੀ ਕਿ ਖਰਾਬ ਕੰਮ ਹੋਇਆ ਫਲਾਈਟਾਂ ਟ੍ਰੇਨਾਂ ਤੇ ਥੱਕ ਕੇ ਹਾਰੇ ਪਹੁੰਚੇ ਸਿਡਨੀ ਤੇ ਸ਼ੋਹ ਦੀ ਗੱਲ ਆ ਅੱਛਾ ਜੀ ਤੇ ਸ਼ੋਹ ਜੀ ਯਾਨੀ ਕਿ 9 9:30 ਮੇਰਾ ਖਿਆਲ ਸ਼ੁਰੂ ਹੋਇਆ ਤੇ ਉਹ ਕਹਿੰਦੇ ਵੀ ਲੋਕ ਰੌਲਾ ਪਾ ਰਹੇ ਉਹ ਕਹਿੰਦੇ ਸਭ ਤੋਂ ਪਹਿਲਾਂ ਜੀ ਬਿੰਦ ਰਖੀਆ ਹਣਾ ਨੂੰ ਸਟੇਜ ਤੇ ਹੁਣ ਭੇਜ ਦਿਓ ਹਾਂਜੀ ਉਸ ਵੇਲੇ ਉਹ ਬਹੁਤ بڑے ਸਟਾਰ ਸੀ ਅੱਛਾ ਜੀ ਤੇ ਚਲੋ ਜੀ ਉਹਨਾਂ ਨੇ ਪੱਗ ਬੜੀ ਕਾਲੀ ਚ ਬੰਨੀ ਸੀ ਸਭ ਕੁਝ ਪੂਰੀ ਕਾਲੀ ਚ ਹੋਇਆ ਸੀ ਇਸ ਸਟੇਜ ਤੇ ਸਾਜ਼ ਵੱਜਦੇ ਤੇ ਉਹ ਸਟੇਜ ਤੇ ਚੱਲ ਗਏ ਹਾਂਜੀ ਤੇ ਉਹਨਾਂ ਨੇ ਸਟੇਜ ਤੇ ਲੋਕਾਂ ਨੂੰ ਹੱਥ ਵੀ ਲਾਤਾ ਤੇ ਐਦਾਂ ਹੀ ਫੇਰ ਮੁੜਿਆ ਸਟੇਜ ਤੋਂ ਹਾਂਜੀ ਤੇ ਉਹ ਮੈਨੂੰ ਜਿਹੜੇ ਪ੍ਰੋਮੋਟਰ ਉਹਨਾਂ ਨੇ ਦੱਸੇ ਕਹਿੰਦੇ ਮੈਨੂੰ ਉਹ ਕਹਿੰਦੇ ਯਾਰ ਮੇਰਾ ਕੋਈ ਗਾਣਾ ਮੈਨੂੰ ਚ ਇੱਥੇ ਕਰਾ ਉਹ ਕਹਿੰਦਾ ਕਹਿੰਦਾ ਉਹ ਕਹਿੰਦਾ ਮੈਨੂੰ ਬਿਲਕੁਲ ਨਾ ਪਤਾ ਕਹਿੰਦਾ ਮੈਨੂੰ ਪਹਿਲੀ ਲਾਈਨ ਤੱਕ ਕਿਸੇ ਦੀ ਵੀ ਨਾ ਆਵੇ ਕਹਿੰਦਾ ਮੈਂ ਕਿਹਾ ਦੁਪੱਟਾ ਤੇਰਾ ਸੱਤ ਰੰਗ ਦਾ ਕਹਿੰਦਾ ਇਦਾਂ ਹੀ ਉਹਨੇ ਹੱਥ ਉੱਪਰ ਨੂੰ ਚੱਕਿਆ ਤੇ ਇਦਾਂ ਹੀ ਫੇਰ ਮੁੜ ਗਿਆ ਹਾਂਜੀ ਸਟੇਜ ਤੇ ਜਾ ਕੇ ਤੇ ਕਹਿੰਦੇ ਫੇਰ ਉਹਨਾਂ ਨੇ 2 ਘੰਟੇ ਲਗਾਤਾਰ ਗਾਇਆ ਤੇ ਉੱਪਰ ਜਿਹੜੇ ਆਮ ਲੋਕ ਉਹ ਗੱਲ ਸਮਝਦੇ ਨਹੀਂ ਕਿ ਜਿਹੜੀ ਉਹ ਪੂਰਾ ਪ੍ਰੈਸ਼ਰ ਹੈਗਾ ਨਾ ਉਹਦੇ ਨਾਲ ਦਿਮਾਗ 'ਚ ਵਰਕਾ ਹੀ ਹੋਰ ਖੁੱਲ ਜਾਂਦਾ ਬੰਦੇ ਦੇ ਮਨ 'ਚੋਂ ਹੀ ਨਿਕਲ ਜਾਂਦੀ ਚੀਜ਼ ਉਹ ਸਾਰੀ ਬਿਲਕੁਲ ਬਿਲਕੁਲ ਹੁੰਦਾ ਜੀ ਇਹ ਹੁਣ ਤੁਸੀਂ ਤਾਂ ਖੈਰ ਇਸ ਲਾਈਨ 'ਚ ਹੈਗੇ ਹੋ ਮਤਲਬ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਕਈ ਵਾਰ ਕੀ ਹੁੰਦਾ ਸੀ ਹਾਂਜੀ ਕਿ ਤੁਸੀਂ ਗਾਣਾ ਕੰਪੋਜ਼ ਕਰ ਲਿਆ ਸਭ ਕੁਝ ਹੋ ਗਿਆ ਜਦੋਂ 뮤직 ਬਣਾਉਣ ਦੀ ਵਾਰੀ ਆਂਦੀ ਸੀ ਨਾ ਹਾਂਜੀ ਤੁਸੀਂ 2-2 ਘੰਟੇ ਬੈਠੇ ਰਹਿੰਦੇ ਸੀ ਤੋਂ ਤੋਂ ਇੰਟਰੋ 뮤직 ਹੀ ਨਹੀਂ ਬਣਦਾ ਇੰਟਰੋ ਇੰਟਰੋ ਹੁਣ ਵੀ ਹੁਣ ਵੀ ਇਹੀ ਪ੍ਰੋਬਲਮ ਜੀ ਗਾਣਾ ਸ਼ੁਰੂ ਕਰਨਾ ਸਭ ਤੋਂ ਮੁਸ਼ਕਲ ਆ ਜਿਹੜਾ ਲਿਖਣ ਵਾਲਾ ਉਹਦੇ ਲਈ ਵੀ ਇਹੀ ਗੱਲ ਆ ਜਦੋਂ ਇੱਕ ਵਾਰੀ ਲਿਖ ਸ਼ੁਰੂ ਹੋ ਗਿਆ ਨਾ ਗਾਣਾ ਹਾਂਜੀ ਤੇ ਫੇਰ ਉਹਦੇ ਪੈਰੇ ਭਾਵੇਂ 10 ਲਖਾ ਲਾਓ ਕਿਸੇ ਤੋਂ ਉਹ ਐਕਚੁਅਲੀ ਉਹੀ ਗੱਲ ਆ ਨਾ ਵਰਕਾ ਹੋਰ ਖੁੱਲ ਜਾਂਦਾ ਉਹ ਹੋਰ ਵਰਕਾ ਖੁੱਲਮ ਕਰਕੇ ਉਹ ਵਰਕਾ ਲੱਪਣ ਜ ਫਿਰ ਟਾਈਮ ਲੱਗ ਜਾਂਦਾ ਲੱਗ ਜਾਂਦਾ ਜੀ ਲੱਗ ਜਾਂਦਾ ਇਹ ਗੱਲ ਹੈਗੀ ਹੈ ਸੋ ਇਦਾਂ ਦੇ ਬਹੁਤ ਕਿਸੇ ਅਜਿਹੇ ਦਾ ਜੁੜੇ ਹੋਏ ਨੇ ਹਰ ਜਗ੍ਹਾ ਸਟੂਡੀਓਜ਼ ਦੇ ਵਿੱਚ ਕੁਛ ਨਾ ਕੁਛ ਹੁੰਦਾ ਰਹਿੰਦਾ ਤੁਹਾਨੂੰ ਪਤਾ ਹੈ ਸਟੂਡੀਓ ਚ ਬਥੇਰੇ ਕਿਸੇ ਹੁੰਦੇ ਹੁੰਦੇ ਨੇ ਹਾਂਜੀ ਮੈਂ ਨਾ ਤੁਨੂਲਾ ਇੱਕ ਛੋਟਾ ਜਿਹਾ ਕਸਾ ਜਨਾ ਨਵਲੀ ਹਾਂਜੀ ਇਹ ਮੈਨੂੰ ਮੈਨੂੰ ਇਹ ਅਤຸນ ਸ਼ਰਮਾ ਜੀ ਨੇ ਗੱਲ ਸੁਣਾਈ ਮਿਊਜ਼ਿਕ ਡਾਕਟਰ ਆਪਣੇ ਅਤຸນ ਸ਼ਰਮਾ ਜੀ ਹਾਂਜੀ ਹਾਂਜੀ ਕਹਿੰਦੇ ਕੀ ਹੋਇਆ ਹਮ ਇੱਕ ਢੋਲ ਆਪਣੇ ਰਿਦਮ ਪਲੇਅਰ ਹੁੰਦੇ ਸੀ ਉੱਥੇ ਚੱਲਿ ਗਏ ਹਾਂਜੀ ਉਦੋਂ ਤੁਹਾਨੂੰ ਪਤਾ ਜੀ ਜਦੋਂ ਉਹ ਉਦੋਂ ਇਹ ਸਿਸਟਮ ਹੁੰਦਾ ਸੀਗਾ ਕਿ ਆਪਣੇ ਜੇ ਤੁਸੀਂ ਕਿੰਸਟ੍ਰੂਮੈਂਟ বাজਾਇਆ ਮੰਨ ਲਓ ਤਬਲਾ বাজਾਇਆ ਉਸ ਤੋਂ ਬਾਅਦ ਕੁਝ ਓਵਰਡੱਬ ਕਰਨਾ ਹੈ ਹਾਂਜੀ ਜਿਵੇਂ ਕਹਿੰਦੇ ਢੋਲ ਡੱਬ ਕਰਨਾ ਹੈ ਜਾਂ ਕੁਝ ਹੋਰ ਕਰਨਾ ਹੈ ਸੇਮ ਆਰਟਿਸਟ ਨਹੀਂ ਤਾਂ ਉਹ ਪੇਮੈਂਟ ਜਿਹੜੀ ਹੈ ਉਹਦੀ ਡੇਢ ਗੁਣਾ ਪੇਮੈਂਟ ਹੁੰਦੀ ਸੀਗੀ ਹਾਂਜੀ ਜਾਂ ਜਾਂ ਡਬਲ ਪੇਮੈਂਟ ਹੁੰਦੀ ਸੀ ਵੀ ਉਹ ਇੰਸਟ੍ਰੂਮੈਂਟ ਦੀ ਅਲੱਗ ਹੈ ਇਹ ਤਾਂ ਵੀ ਕਰਨੀ ਇਹਦੇ ਲੱਗਦੇ ਹਾਂਜੀ ਤੇ ਉਹ ਜੀ ਰਿਦਮ ਰਿਦਮ ਆਰਟਿਸਟ ਸੀਗੇ ਹਾਂਜੀ ਇਹ ਸੀਨੀਅਰ ਆਰਟਿਸਟ ਸੀ ਹੂੰ ਉਹ ਜੀ ਰਿਕਾਰਡਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਚਲੋ ਢੋਲ ਡੱਬ ਕਰਦੇ ਹਾਂ ਹਾਂਜੀ ਤੇ ਢੋਲ ਡੱਬ ਕਰਨ ਲੱਗੇ ਜੀ ਹੂੰ ਤੇ ਜਦੋਂ ਜਦੋਂ ਢੋਲ ਡੱਬ ਕਰਨ ਲੱਗੇ ਤੇ ਉਹ ਚੰਦੇ ਕਹਿੰਦੇ ਯਾਰ ਢੋਲ ਦੀ ਆਵਾਜ਼ ਬائیں ਦੀ ਬੜੀ ਅਜੀਬ ਜਿਹੀ ਆਵਾਜ਼ ਆ ਰਹੀ ਹੈ ਚੱਕਰ ਕੀ ਹੈ ਹੂੰ ਅੱਛਾ ਨਹੀਂ 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 ਕਹਿੰਦੇ ਰਿਕਾਰਡਿਸ ਕਹਿੰਦਾ ਕਹਿੰਦਾ ਮੈਂ 1 ਮਿੰਟ ਆਤਾ ਹਾਂ ਉਹ ਕਹਿੰਦਾ ਨਹੀਂ ਨਹੀਂ ਟੁਇਟਰੀਆ 3 3 ਬੈਠੇ 3 ਵਾਰ ਕੋਈ ਗੱਲ ਨਹੀਂ ਮੈਂ ਦੱਸ ਮਾਈਕ ਲੈਣਾ ਇੱਧਰ ਕਰਦੇ ਆ ਉਹਨਾਂ ਨੇ ਮਾਈਕ ਥੋੜੀ ਜੀ ਚੇਂਜ ਕਰਦੇ ਹੁਣ ਦੇਖ ਹੁਣ ਸੁਣ ਹਾਂਜੀ ਤੇ ਉਹ ਕਹਿੰਦਾ ਨਹੀਂ ਯਾਰ ਫੇਰ ਉਦਾਂ ਹੀ ਆ ਰਿਹਾ ਮਤਲਬ ਜਦੋਂ 4-5 ਵਾਰੀ ਇਦਾਂ ਹੋ ਗਿਆ ਨਾ ਸਾਰੇ ਜਣੇ ਉੱਟ ਕੇ ਆ ਗਏ ਦੇਖੇ ਆ ਕੇ ਦੇਖਣ ਲੱਗੇ ਹੂੰ ਵੀ ਦੇਖੀਏ ਤਾਂ ਸਹੀ ਯਾਰ ਇਹ ਮਾਈਕ ਤਾਂ ਸਾਰਾ ਕੁਝ ਠੀਕ ਹੈ ਆਵਾਜ਼ ਕਿਉਂ ਆਪਣੀ ਅਜੀਬ ਜੀ ਆ ਰਹੀ ਹੈ ਮਾਈਕ ਤੋਂ ਉਹਦੇ ਮਾਈਕ ਹਾਂ ਤੇ ਮਾਰਾ ਜੋ ਉਹਨਾਂ ਨੇ ਕੀ ਕੀਤਾ ਹੈ ਜੀ ਹਾਂਜੀ ਕਿ ਸ਼ਿਫਟ ਨਾ ਮਤਲਬ ਮੇਰੀ ਪੇਮੈਂਟ ਨਾ ਅੱਜ ਦੀ ਚਲੀ ਜਾਵੇ ਉਹਨਾਂ ਦੀ ਤਾਂ ਢੋਲ ਦਾ ਨਾ ਬਾਇਆ ਫਟ ਗਿਆ ਸੀ ਹਾਂ ਜੀ ਉਹ ਬਾਇ ਬائیں ਦੇ ਵਿੱਚ ਉਹਨਾਂ ਨੇ ਤਬਲੇ ਦਾ ਬਾਇਆ ਫਸਾ ਕੇ ਉਹ ਉਹਨੂੰ ਵਜਾਣ ਲੱਗੇ ਹੋਏ ਸੋ ਕਿਸੇ ਦਾ ਮਤਲਬ ਰਿਕਾਰਡਿੰਗਾਂ ਦੇ ਵਿੱਚ ਬੜੇ ਮਜ਼ੇਦਾਰ ਕਿਸੇ ਹੁੰਦੇ ਨੇ ਹਾਂ ਇਹ ਤਾਂ ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਮੈਂ ਵਾਹ ਜੀ ਆ ਜੀ ਕਰ ਦੇਣਾ ਹਾਂ ਬਿਲਕੁਲ 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 ਵਾਹ ਜੀ ਬੜੇ ਬਹੁਤ ਮਜ਼ੇਦਾਰ ਕਿਸੇ ਹੁੰਦੇ ਆ ਹਾਂ ਜੀ ਹਾਂ ਜੀ ਇਹ ਖਾਸ ਕਰਕੇ ਮੈਂ ਦੇਖਿਆ ਜੀ ਜਦੋਂ ਤੋਂ ਮੈਂ ਮਤਲਬ ਇਸ ਲਾਈਨ ਦੇ ਵਿੱਚ ਆਇਆ ਤੇ ਇੱਕ ਚੀਜ਼ ਦੇਖੀ ਹੈ ਸਟੂਡੀਓ ਲਾਈਨ ਚ ਹਾਂ ਜੀ ਰਿਦਮ ਸੈਕਸ਼ਨ ਵਾਲੇ ਬਹੁਤ ਬਹੁਤ ਜ਼ਿਆਦਾ ਮਤਲਬ ਕਹਿ ਲੋ ਕਿ ਸ਼ਰਾਰਤੀ ਵੀ ਹੁੰਦੇ ਨੇ ਔਰ ਕ੍ਰੀਏਟਿਵ ਵੀ ਹੁੰਦੇ ਨੇ ਔਰ ਪੂਰਾ ਮਤਲਬ ਹੱਸਦੇ ਖੇਡਦੇ ਵੀ ਪੂਰਾ ਨੇ ਰਿਦਮ ਸੈਕਸ਼ਨ ਹਾਂ ਜਿਹੜਾ ਹਾਂ ਜੀ ਤੇ ਉਹ ਉਹ ਬਹੁਤ ਇੰਜੋਏ ਕਰਦੇ ਲਾਈ ਹਾਂ ਜੀ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਸੈਸ਼ਨ ਹੁੰਦੇ ਹੁੰਦੇ ਸੀ ਜੀ ਇੰਗਲਿਸ਼ 뮤직 ਦੇ ਵਿੱਚ ਵੀ ਇਦਾਂ ਹੀ ਸਗਾ ਜਾਂ ਇੱਕ ਦਿਨ 'ਚ ਰਿਕਾਰਡਿੰਗ ਹੁੰਦੀ ਸੀ ਜਾਂ ਦੋ ਦਿਨ 'ਚ ਤੇ ਇੱਥੇ ਵੀ ਜਿਹੜੇ ਸਟੂਡੀਓਸ ਆ ਮੈਂ ਕੰਜਾਂ 'ਚ ਕੰਮ ਕੀਤਾ ਪਹਿਲਾਂ ਆ ਕੇ ਜਦੋਂ ਇਦਾਂ ਲਾਈਵ ਹੁੰਦੇ ਸੀ ਕੰਮ ਤੇ ਇੱਥੇ ਵੀ ਇਹੀ ਮੰਨਿਆ ਗਿਆ ਕਿ ਜਿਹੜੇ ਰਿਦਮ ਵਾਲੇ ਆ ਉਹ ਸਾਰਿਆਂ ਤੋਂ ਖੁਸ਼ਦਿਲ ਤੇ ਜਿਹੜਾ ਜਿਹੜਾ ਸਟ੍ਰਿੰਗ ਸੈਕਸ਼ਨ ਆ ਤੇ ਉਹ ਸਾਰਿਆਂ ਤੋਂ ਬਹੁਤ ਸੀਰੀਅਸ ਸੀਰੀਅਸ ਉਹ ਇਹੀ ਹੈ ਜੀ ਬਿਲਕੁਲ ਬਿਲਕੁਲ ਉਹ ਇੰਡੀਆ ਵੀ ਇਦਾਂ ਹੀ ਆ ਉਹ ਇੱਥੇ ਵੀ ਇਦਾਂ ਹੀ ਆ ਜੀ ਇਹ ਦੇਖ ਲਾ ਸਾਰੀ ਦੁਨੀਆ ਚ ਇੱਕੋ ਹੀ ਚੀਜ਼ ਆ ਤੇ ਮਹਾਰਾਜ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬੜਾ ਵਧੀਆ ਸਾਡਾ ਸਮਾਂ ਲਗਾਇਆ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਸ਼ੁਕਰੀਆ ਤੁਸੀਂ ਇਸ ਕਾਬਿਲ ਸਮਝਿਆ ਇੱਕ ਦਿਨ ਅਸੀਂ ਇਕੱਠੇ ਹੋਏ ਮੈਂ ਤੇ ਮਨਮੋਹਨ ਭਾਜੀ ਅਸੀਂ ਇੱਕ ਜਗ੍ਹਾ ਇਕੱਠੇ ਹੋਏ ਤਾਂ ਮੈਨੂੰ ਤਾਂ ਉਦੋਂ ਪਤਾ ਲੱਗਿਆ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਇੱਕ ਅੱਛਾ ਜੀ ਤੇ ਮੈਂ ਵੀਡੀਓ ਦੇਖ ਕੇ ਮੈਂ ਹੈਰਾਨ ਮਹਾਰਾਜ ਮੈਂ ਤੁਹਾਡੀ ਫਲੂਟ ਸੁਣੀ ਤੁਸੀਂ ਫਲੂਟ ਵਜਾਈ ਹੋਈ ਉਹ ਮੈਂ ਕਿਹਾ ਅੱਛਾ ਏ ਵੀ ਕਹਿੰਦੇ ਤੁਸੀਂ ਸੁਣਤਾ ਸਹੀ ਕਹਿੰਦੇ ਆ ਹੁਨਰ ਇਹ ਕਹਿੰਦੇ ਇਹ ਹੁਨਰ ਤੱਕ ਕਿਸੇ ਨੂੰ ਪਤਾ ਹੀ ਨਹੀਂ ਹੈ ਕਹਿੰਦੇ ਦੇਖੋ ਉਹ ਕਮਾਲ ਸੀ ਮਹਾਰਾਜ ਕਮਾਲ ਤੁਹਾਡੀ ਲੋਟ ਬਹੁਤ ਬਹੁਤ ਕਮਾਲ ਵਜਾਈ ਹੋਈ ਸੀ ਚਲੋ ਮਹਾਰਾਜ ਇਹੋ ਹੀ ਗੱਲ ਆ ਕਿ ਬੰਦੇ ਨੂੰ ਲੱਗਾ ਨਚਾਈ ਦੀ ਆ ਕਿਸੇ ਵੀ ਚੀਜ਼ ਇਹ ਤਾਂ ਹੈ ਬਿਲਕੁਲ 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 ਕੁਝ ਵੀ ਇੰਪੋਸੀਬਲ ਨਹੀਂ بس ਥੋੜਾ ਜਿਹਾ ਜਨੂਨ ਜਨੂਨ ਹੋਣਾ ਚਾਹੀਦਾ ਤੁਹਾਡੇ ਅੰਦਰ ਜਨੂਨ ਹੋਣਾ ਚਾਹੀਦਾ ਤੇ ਉਹ ਤੋਂ ਬੜੀ ਗੱਲ ਇਹ ਹੈ ਕਿ ਤੁਸੀਂ ਕੁਝ ਵੀ ਕਰੋ ਚਾਹੇ ਤੁਸੀਂ ਸੰਗੀਤ ਦਿਓ ਚਾਹੇ ਤੁਸੀਂ ਸਟੇਜ ਤੇ ਗਾਓ ਚਾਹੇ ਤੁਸੀਂ ਕਿਸੇ ਨੂੰ ਸਿਖਾਓ ਚਾਹੇ ਜੋ ਵੀ ਮਰਜ਼ੀ ਕਰੋ ਜੇ ਤੁਸੀਂ ਕਿਸੇ ਵੀ ਆਰਟ ਦੇ ਵਿੱਚ ਆ ਜਾਂ ਸੰਗੀਤ ਚ ਖਾਸ ਕਰਕੇ ਤੇ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਜ਼ਰੂਰ ਮਿਲਣੀ ਚਾਹੀਦੀ ਉਹੀ ਕੰਮ ਕਰੋ ਜਿਹੜਾ ਤੁਹਾਨੂੰ ਆਪਣੇ ਆਪ ਨੂੰ ਸੰਤੁਸ਼ਟੀ ਦਿੰਦਾ ਬਿਲਕੁਲ ਬਿਲਕੁਲ ਮੈਂ ਨਾ ਕਲਾਸ ਵੀ ਭਾਜੀ ਇਹ ਗੱਲ ਕਹਿਣਾ ਹੁੰਦਾ ਹਾਂ ਬੱਚਿਆਂ ਨੂੰ ਮੈਂ ਕਹਿੰਦਾ ਹਾਂ ਤੁਸੀਂ ਜਦੋਂ ਗਾਉਨੇ ਹੋ ਨਾ ਮਾਈਕ ਤੇ ਤੁਸੀਂ ਇੱਥੇ ਜਦੋਂ ਤੁਹਾਨੂੰ ਮੈਂ ਕਹਿੰਦਾ ਵੀ ਚੱਲ ਵੀ ਹੁਣ ਤੇਰੀ ਵਾਰੀ ਆ ਸੁਣਾ ਮੈਨੂੰ ਹਾਂਜੀ ਵੀ ਜੋ ਹੋਮਵਰਕ ਸੀ ਸੁਣਾ ਮੈਂ ਕਿਹਾ ਤੁਸੀਂ ਮੈਨੂੰ ਸੁਣਾਉਣ ਦੇ ਚੱਕਰ ਚ ਨਾ ਤੁਸੀਂ ਗਾਇਆ ਕਰੋ ਹੂੰ ਤੁਸੀਂ ਪਹਿਲਾਂ ਆਪਣਾ ਇੰਜੋਏ ਕਰੋ ਆਪਣਾ ਮਜ਼ਾ ਕਰੋ ਤੁਸੀਂ ਇਹ ਸੋਚ ਲਿਆ ਕਰੋ ਵੀ ਕੋਈ ਗੱਲ ਨਹੀਂ ਯਾਰ ਗਲਤ ਹੋਊਗਾ ਸਰ ਕਿਹੜਾ ਗੋਲੀ ਮਾਰ ਦੇਣਗੇ ਬਿਲਕੁਲ ਬਿਲਕੁਲ ਭਾਈ ਤੁਸੀਂ ਆਪਣਾ ਸਵਾਦ ਲਓ ਮੈਂ ਕਿਹਾ ਜਦੋਂ ਤੁਸੀਂ ਆਪਣੇ ਆਪ ਨਾਲ ਕਨੈਕਟ ਹੋਗੇ ਉਸ ਚੀਜ਼ ਦਾ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਮੈਨੂੰ ਮਜ਼ਾ ਆਊਗਾ ਹਾਂ ਮੈਂ ਕਿਹਾ ਤੁਸੀਂ ਮਕੈਨੀਕਲ ਹੋ ਕੇ ਨਾ ਸੁਣਾਇਆ ਕਰੋ ਜਾਂ ਟੈਕਨੀਕਲ ਹੋ ਕੇ ਨਾ ਸੁਣਾਇਆ ਕਰੋ ਤੁਸੀਂ ਆਪਣਾ ਇੰਜੋਏ ਕਰੋ ਆਪਣੇ ਆਪ ਨਾਲ ਕਨੈਕਟ ਹੋਵੋ ਅੰਦਰ ਆਪਣੇ ਆਪਣੇ ਆਪ ਨੂੰ ਸੁਣਾਓ ਹਾਂ ਜੇ ਬੰਦਾ ਆਪ ਨਹੀਂ ਨਾ ਉਹ ਭਾਵਨਾ ਨੂੰ ਫੀਲ ਕਰ ਰਿਹਾ ਤਾਂ ਮੋਰਲਾ ਨਹੀਂ ਕਰ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਤੁ ਤੁਸੀਂ ਦੇਖੋ ਹੁਣ ਜਿਹੜਾ ਹੁਣ ਤਾਂ ਜ਼ਮਾਨਾ ਇਹ ਆ ਗਿਆ ਕਿ ਵੀਡੀਓ ਤੋਂ ਬਿਨਾ ਗੀਤ ਨਹੀਂ ਚੱਲਦੇ ਹਾਂਜੀ 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 ਪਰ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਆਡੀਓ ਹੀ ਸੁਣਦੇ ਸੀ ਚਾਹੇ ਚਮਕੀਲੇ ਹੁਣਾਂ ਦੇ ਚਾਹੇ ਕਿਸੇ ਦੀ ਵੀ ਤੇ ਉਹ ਹਾਂਜੀ ਹਾਂਜੀ ਆਡੀਓ ਦੇ ਨਾਲ ਹੀ ਸਾਨੂੰ ਮੂਡ ਪਤਾ ਲੱਗਦਾ ਸੀ ਕਰੈਕਟਰ ਦਾ ਗਾਣੇ ਦੇ ਕਰੈਕਟਰ ਦਾ ਜਾਂ ਜੋ ਵੀ ਉਹ ਬੋਲ ਰਹੇ ਆ ਤੇ ਉਹ ਭਾਵਨਾ ਦੇਣੀ ਪੈਂਦੀ ਉਹ ਤਾਂ ਹੀ ਚੀਜ਼ ਚੱਲਦੀ ਆ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਸਹੀ ਹੈ ਜੀ ਹਾਂਜੀ ਤੇ ਇੱਕ ਨਾ ਜਿਹੜਾ ਸਾਡਾ ਤੁਸੀਂ ਆਪਾਂ ਪਹਿਲਾਂ ਸ਼ਾਸਤਰੀ ਸੰਗੀਤ ਦੀ ਗੱਲ ਕਰਦੇ ਸੀ ਉਹਦੇ ਵਿੱਚ ਇੱਕ ਬਹੁਤ ਮਹਾਨ ਗੱਲ ਆ ਜਿਹੜੀ ਕਿ ਹਰ ਇੱਕ ਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਤੁਸੀਂ ਚਾਹੇ ਬਿਜ਼ਨਸ ਕਰਦੇ ਆ ਇਹ ਇਹ ਅਪਣਾਉਣੀ ਚਾਹੀਦੀ ਆ ਪਰ ਸਾਡੇ ਸੰਗੀਤ ਦੇ ਵਿੱਚ ਬਿਲਕੁਲ ਬਹੁਤ ਅੱਛੀ ਤਰੀਕੇ ਨਾਲ ਅ ਅੱਛੇ ਤਰੀਕੇ ਨਾਲ ਲਾਗੂ ਹੁੰਦੀ ਆ ਉਹ ਇਹ ਕਿ ਉਹ ਕਹਿੰਦੇ ਜਦੋਂ ਸੁਣੋ ਹੂੰ ਹੂੰ ਤ ਸਦਾ ਸਟੂਡੈਂਟ ਬਣ ਕੇ ਸੁਣੋ ਆ ਹਾਂ ਜੀ ਸ਼ਗਿਰ ਤੋਂ ਬਣ ਕੇ ਸੁਣੋ ਬੇਸ਼ੱਕ ਭਾਵੇਂ ਤੁਹਾਡਾ ਆਪਣਾ ਸ਼ਗਿਰ ਦੀ ਗਾ ਰਿਆ ਹਾਂ ਜੀ ਬਿਲਕੁਲ 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 ਪਰ ਜਦ ਗਾਓ ਜਾਂ ਜਦੋਂ ਪਰਫਾਰਮ ਕਰੋ ਤਾਂ ਉਦੋਂ ਗੁਰੂ ਬਣ ਕੇ ਕਰੋ ਭਾਵੇਂ ਮੋਰੇ ਗੁਰੂ ਹੀ ਬੈਠਾ ਹੋਵੇ ਬਿਲਕੁਲ ਸਹੀ ਗੱਲ ਹੈ ਜੀ ਸੋ ਬਸ ਇੰਨੀ ਗੱਲ ਹੈ ਜੀ ਤੇ ਬਹੁਤ-ਬਹੁਤ ਮહારਾਜ ਜੀ ਧੰਨਵਾਦ ਜੀ ਨਹੀਂ ਨਹੀਂ ਬਹੁਤ শুকਰੀਆ ਜੀ ਤੁਹਾਡਾ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਪੰਜਾਬੀ ਪੌਡਕਾਸਟ ਨੂੰ ਦੇਖਣ ਸੁਣਨ ਲਈ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਪੰਜਾਬੀ ਪੌਡਕਾਸਟ ਦੇ ਵਿੱਚੋਂ ਕੁਝ ਵਧੀਆ ਲੱਗਦਾ ਤਾਂ ਇਹਨੂੰ ਆਪਣੇ ਕਿਸੇ ਮਿੱਤਰ ਦੋਸਤ ਰਿਸ਼ਤੇਦਾਰ ਦੇ ਨਾਲ ਸਾਂਝਾ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਅੱਗੇ ਤੋਂ ਅੱਗੇ ਹੋਰ ਤੇ ਹੋਰ ਚੱਲਦੀ ਰਹੇ ਤੇ ਸਾਡੀ ਹੌਸਲਾ ਫਜ਼ਾਈ ਹੁੰਦੀ ਰਹੇ ਤੇ ਅਸੀਂ ਨਵੀਆਂ-ਨਵੀਆਂ ਸ਼ਖਸੀਅਤਾਂ ਤੁਹਾਡੇ ਰੂਪ ਰੂਪ ਕਰਵਾਉਂਦੇ ਰਹੀਏ ਤੇ ਅਗਲੇ ਹਫਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ